ਸਤਿ ਸ਼੍ਰੀ ਅਕਾਲ ਜੀ ਮੈਂ ਹਰਜੋਤ कौर ਤੁਸੀਂ ਵੇਖ ਰਹੇ ਹੋ ਪ੍ਰੋਗਰਾਮ ਖਬਰ ਪੜਤਾਲ ਸਾਡੇ ਨਾਲ ਮੌਜੂਦ ਨੇ ਸੀਨੀਅਰ ਪੱਤਰਕਾਰ सुरेंद्र ਡੱਲਾ ਜੀ ਬਹੁਤ ਬਹੁਤ ਸਵਾਗਤ ਹੈ ਡੱਲਾ ਜੀ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ ਹਰਜੋਤ ਜੀ ਬਹੁਤ ਬਹੁਤ ਧੰਨਵਾਦ ਤੁਹਾਡਾ ਵੀ ਔਰ ਦੁਨੀਆ ਭਰ ਦੇ ਪੰਜਾਬੀਆਂ ਦਾ ਹੀ ਬਹੁਤ ਬਹੁਤ ਧੰਨਵਾਦ ਸੋ ਡੱਲਾ ਜੀ ਅੱਜ ਪ੍ਰੋਗਰਾਮ ਦੀ ਸ਼ੁਰੂਆਤ ਵਿੱਚ ਸਭ ਤੋਂ ਪਹਿਲਾਂ ਆਪਾਂ ਗੱਲ ਇਹੀ ਕਰਾਂਗੇ ਕਿ ਪੰਜਾਬ ਦੀ ਮੌਜੂਦਾ ਸਿਆਸਤ ਦੀ ਜੇਕਰ ਗੱਲ ਕਰੀਏ ਤਾਂ ਅਜੀਬ ਕਿਸਮ ਦੀਆਂ ਇਲਜ਼ਾਮਬਾਜ਼ੀਆਂ ਦਾ ਜਿਹੜਾ ਦੌਰ ਚੱਲ ਰਿਹਾ ਹੈ ਅਕਾਲੀ ਆਗੂ ਵਿਕਰਮ ਮਜੀਠੀਆ ਦੀ ਗੱਲ ਕਰ ਲਈਏ ਮੁੱਖ ਮੰਤਰੀ ਭਗਵੰਤ ਮਾਨ ਦੇ ਆਲੇ-ਦੁਆਲੇ ਦੇ ਸਲਾਹਕਾਰਾਂ ਅਤੇ ਨਜ਼ਦੀਕੀਆਂ ਤੇ ਵੱਡੇ ਇਲਜ਼ਾਮ ਲਗਾ ਰਹੇ ਨੇ ਤੇ ਉੱਥੇ ਹੀ ਕੱਲ ਮੁੱਖ ਮੰਤਰੀ ਦੇ ਨਜ਼ਦੀਕੀ ਅਤੇ ਮੀਡੀਆ ਸਲਾਹਕਾਰ ਬਲਤੇਜ ਪੰਨੂ ਨੇ ਵੀ ਬਿਨਾ ਨਾਮ ਲਏ ਵਿਕਰਮ ਮਜੀਠੀਆ ਨੂੰ ਮੋੜਵਾ ਜਵਾਬ ਦਿੱਤਾ ਤੁਸੀਂ ਇਸ ਪੂਰੇ ਮਾਮਲੇ ਦਾ ਵਿਸ਼ਲੇਸ਼ਣ ਕਿਸ ਤਰ੍ਹਾਂ ਕਰਨਾ ਚਾਹੋਗੇ ਦੇਖੋ ਪਹਿਲਾਂ ਤਾਂ ਮੈਂ ਇਹ ਕਹਿਣਾ ਚਾਹਾਂਗਾ ਕਿ ਆਮ ਆਦਮੀ ਪਾਰਟੀ ਦੇ ਲੀਡਰ ਜਾਂ ਆਮ ਆਦਮੀ ਪਾਰਟੀ ਦੀ ਸਰਕਾਰ ਜਾਂ ਆਮ ਆਦਮੀ ਪਾਰਟੀ ਦੀ ਦਿੱਲੀ ਇਕਾਈ ਸ਼ਾਇਦ ਵਿਕਰਮ ਸਿੰਘ ਮਜੀਠੀਆ ਨੂੰ ਉਹ ਗੰਭੀਰਤਾ ਦੇ ਨਾਲ ਨਹੀਂ ਲੈਂਦੇ ਜਾਂ ਗੰਭੀਰਤਾ ਦੇ ਨਾਲ ਨਹੀਂ ਲੈ ਰਹੇ ਜਾਂ ਉਹਨਾਂ ਨੂੰ ਕੋਈ ਫਰਕ ਨਹੀਂ ਪੈਂਦਾ ਕਿ ਵਿਕਰਮ ਸਿੰਘ ਮਜੀਠੀਆ ਕਿਹੜੇ ਇਲਜ਼ਾਮ ਕਿਸ ਤੇ ਇਲਜ਼ਾਮ ਲਾ ਰਹੇ ਨੇ ਕਿਉਂ ਕਿ ਮੈਂ ਇਸ ਕਰਕੇ ਕਹਿ ਰਿਹਾ ਕਿਉਂਕਿ ਪਿਛਲੇ 1-2 ਦਿਨਾਂ ਦੇ ਵਿੱਚ ਵਿਕਰਮ ਸਿੰਘ ਮਜੀਠੀਆ ਨੇ ਜਿਸ ਤਰ੍ਹਾਂ ਦੇ ਇਲਜ਼ਾਮ ਲਾਏ ਨੇ ਉਹ ਬੜੇ ਹੈਰਾਨੀਗੁਣ ਇਲਜ਼ਾਮ ਨੇ ਹਾਲਾਂਕਿ ਟੈਲੀਵਿਜ਼ਨਾਂ ਦਾ ਬਹੁਤਾ ਹਿੱਸਾ ਇਹਨਾਂ ਇਲਜ਼ਾਮਾਂ ਦੀ ਜ਼ਿਆਦਾ ਗੱਲ ਨਹੀਂ ਕਰਦਾ ਹੁਣ ਮੈਨੂੰ ਨਹੀਂ ਪਤਾ ਵੀ ਕੀ ਟੈਲੀਵਿਜ਼ਨ ਵਾਲੇ ਵੀ ਇਹਨਾਂ ਇਲਜ਼ਾਮਾਂ ਨੂੰ ਗੰਭੀਰਤਾ ਦੇ ਨਾਲ ਨਹੀਂ ਲੈਂਦੇ ਪਰ ਸੋਸ਼ਲ ਮੀਡੀਆ ਤੇ ਵਿਕਰਮ ਸਿੰਘ ਮਜੀਠੀਆ ਦੇ ਜਿਹੜੇ ਇਹ ਇਲਜ਼ਾਮ ਹੈ ਤੇ ਇਹ ਬਿਆਨ ਹੈ ਇਹ ਬੜੀ ਗੰਭੀਰ ਕਿਸਮ ਦੇ ਹੈ ਇਹ ਵੀ ਮੈਂ ਜ਼ਰੂਰ ਕਿਉਂਕਿ ਉਹਨਾਂ ਨੇ ਕਿਹੜੀ ਕਿਹੜੇ ਇਲਜ਼ਾਮ ਲਾਏ ਨੇ ਮੈਂ ਉਹਨਾਂ ਦਾ ਸਖਰ ਵੀ ਕਰਦਾ ਪਰ ਮੇਰਾ ਇਹ ਵੀ ਮੰਨਣਾ ਹੈ ਵਿਕਰਮ ਮਜੀਠੀਆ ਨੂੰ ਵੀ ਇਹ ਸਪਸ਼ਟ ਕਰਨਾ ਚਾਹੀਦਾ ਹੈ ਕਿ ਕਿਤੇ ਵਿਕਰਮ ਸਿੰਘ ਮਜੀਠੀਆ ਵੀ ਸਿਰਫ ਹਵਾ ਚ ਤੀਰ ਤਾਂ ਨਹੀਂ ਮਾਰ ਰਿਹਾ ਆਪਣੀ ਪੰਜਾਬੀ ਦੀ ਕਹਾਵਤ ਹੈ ਇੱਕ ਹਵਾ ਚ ਤੀਰ ਮਾਰਨਾ ਕੀ ਉਹ ਸਿਰਫ ਹਵਾ ਚ ਤੀਰ ਤਾਂ ਨਹੀਂ ਮਾਰ ਰਿਹਾ ਕਿ ਸੱਚਮੁੱਚ ਉਹਨਾਂ ਦੇ ਕੋਲੇ ਕੋਈ ਸਬੂਤ ਹੈ ਅਗਰ ਵਿਕਰਮ ਸਿੰਘ ਮਜੀਠੀਆ ਦੇ ਕੋਲ ਕੋਈ ਸਬੂਤ ਹੈ ਤੇ ਉਹਨਾਂ ਨੂੰ ਬਕਾਇਦਾ ਪ੍ਰੈਸ ਕਾਨਫਰੰਸ ਕਰਕੇ ਉਹ ਸਬੂਤ ਸਰਵਜਨਿਕ ਕਰਨੇ ਚਾਹੀਦੇ ਨੇ ਉੰਜ ਪਹਿਲਾਂ ਵੀ ਆਪਾਂ ਨੂੰ ਯਾਦ ਹੈ ਵਿਕਰਮ ਸਿੰਘ ਮਜੀਠੀਆ ਨੇ ਕਈ ਵਾਰ ਕਿਹਾ ਸੀ ਕਿ ਮੈਂ ਇੱਕ ਪੈਨ ਡਰਾਈਵ ਮੁੱਖ ਮੰਤਰੀ ਸਾਹਿਬ ਨੂੰ ਦੇਣੀ ਹੈ ਮੈਂ ਇੱਕ ਤੋਹਫਾ ਡੱਬਾ ਮੁੱਖ ਮੰਤਰੀ ਸਾਹਿਬ ਨੂੰ ਦੇ ਕੇ ਆਉਂਗਾ ਕਈ ਵਾਰੀ ਗੱਲਾਂ ਹੋਈਆਂ ਪਿੱਛੇ ਜੀ ਉਹਨਾਂ ਨੇ ਕਿਹਾ ਕਿ ਮੁੱਖ ਮੰਤਰੀ ਭਗਵੰਤ ਮਾਨ ਉਹਨਾਂ ਦਾ ਲਿਵਰ ਟ੍ਰਾਂਸਪਲੈਂਟ ਹੋਣਾ ਹੈ ਹੂੰ ਉਹਦੇ ਕੋਈ ਕਾਗਜ਼ਾਤ ਨਹੀਂ ਕੋਈ ਟੈਸਟ ਦੀਆਂ ਰਿਪੋਰਟਾਂ ਨਹੀਂ ਵਿਕਰਮ ਸਿੰਘ ਮਜੀਠੀਆ ਕੋਲੇ ਉਹ ਵੀ ਬੇਨਤੀ ਹੈ ਵਿਕਰਮ ਸਿੰਘ ਮਜੀਠੀਆ ਨੂੰ ਕਿ ਪੰਜਾਬ ਹਿੱਤ ਚ ਸਾਰਜਨਿਕ ਕਰ ਦੋ ਕਿਉਂਕਿ ਵਿਕਰਮ ਸਿੰਘ ਮਜੀਠੀ ਨੇ ਤਾਂ ਆਪ ਕਾਮਨਾ ਕੀਤੀ ਸੀ ਭਗਵੰਤ ਮਾਨ ਹੁਣਾਂ ਦੇ ਜਲਦੀ ਸਿਹਤਮੰਦ ਹੋਣ ਦੀ ਮਜੀਠੀਆ ਸਾਹਿਬ ਕਹਿੰਦੇ ਵੀ ਬਾਰਡਰ ਸੂਬਾ ਸਾਡਾ ਮੁੱਖ ਮੰਤਰੀ ਸਾਡਾ ਨਮਾਇੰਦਾ ਹੈ ਜਦਕਿ ਭਗਵੰਤ ਮਾਨ ਹੁਣਾਂ ਵੱਲੋਂ ਜਾਂ ਉਹਨਾਂ ਦੇ ਡਾਕਟਰਾਂ ਵੱਲੋਂ ਜਿਹੜਾ ਮੈਡੀਕਲ ਬੁਲੇਟਿਨ ਜਾਰੀ ਕੀਤਾ ਗਿਆ ਸੀ ਉਹਦੇ ਚ ਕਿਤੇ ਵੀ ਇਹ ਗੱਲ ਨਹੀਂ ਕੀਤੀ ਗਈ ਕਿ ਲਿਵਰ ਟ੍ਰਾਂਸਪਲੈਂਟ ਹੋਣਾ ਹੈ ਉਹਨੇ ਬਾਰ-ਬਾਰ ਇਹ ਡੱਲਾ ਪੰਜਾਬ ਦੀ ਸਿਆਸਤ ਦਾ ਅਜਿਹਾ ਹਿੱਸਾ ਬਣ ਗਈਆਂ ਨੇ ਕਿ ਅਗਰ ਅਸੀਂ ਇਹਨਾਂ ਨੂੰ ਅੱਖੋਂ ਪਰੋਖੇ ਕਰਦੇ ਆਂ ਜੇ ਅਗਰ ਅਸੀਂ ਇਹਨਾਂ ਤੇ ਜ਼ਿਕਰ ਨਹੀਂ ਕਰਦੇ ਤੇ ਇਹ ਸੋਸ਼ਲ ਮੀਡੀਆ ਤੇ ਇਸ ਤਰ੍ਹਾਂ ਦੇ ਸਵਾਲ ਬਣ ਰਹੇ ਨੇ ਕਿ ਹਰ ਕੋਈ ਇਹਨਾਂ ਸਵਾਲਾਂ ਦਾ ਜਵਾਬ ਜਾਣਨਾ ਚਾਹੁੰਦਾ ਸੋ ਇਸ ਕਰਕੇ ਇਹ ਸਵਾਲ ਤਾਂ ਵਿਕਰਮ ਸਿੰਘ ਮਜੀਠੀਆ ਅੱਗੇ ਵੀ ਬਣਦਾ ਹੈ ਕਿ ਵਿਕਰਮ ਮਜੀਠੀਆ ਜੀ ਘਟੋ ਘਟ ਸਬੂਤਾਂ ਦੇ ਨਾਲ ਇਹ ਜਿਹੜੇ ਤੁਹਾਡੇ ਇਲਜ਼ਾਮ ਹੈ ਇਹਨਾਂ ਦੇ ਤੱਤ ਤੁਸੀਂ ਅੱਗੇ ਰੱਖੋ ਕਿਉਂਕਿ ਦੇਖੋ ਕੱਲ ਵੀ ਉਹਨਾਂ ਨੇ ਇੱਕ ਵੀਡੀਓ ਵੀ ਬਿਆਨ ਵੀ ਦਿੱਤਾ ਪੱਤਰਕਾਰਾਂ ਨੂੰ ਉਹ ਉਹਨਾਂ ਨੇ ਇਲਜ਼ਾਮ ਵੀ ਲਾਇਆ ਉਹਨਾਂ ਨੇ ਬਕਾਇਦਾ ਸੋਸ਼ਲ ਮੀਡੀਆ ਤੇ ਪਾਇਆ ਕਹਿੰਦੇ ਮੁੱਖ ਮੰਤਰੀ ਦੇ ਐਡਵਾਈਜ਼ਰ ਹਵਾਲਾ ਰਾਹੀ ਪੈਸਾ ਕਨੇਡਾ ਤੇ ਆਸਟ੍ਰੇਲੀਆ ਭੇਜ ਚੁੱਕੇ ਨੇ ਸਬੂਤ ਅਗਰ ਕੋਈ ਵਿਕਰਮ ਸਿੰਘ ਮਜੀਠੀਆ ਕੋਲੇ ਨੇ ਸਾਰਜਨਿਕ ਕਰਨ ਕਹਿੰਦੇ ਜਲਦੀ ਹੀ ਬਲਤੇਜ ਪੰਨੂ ਨੂੰ ਵੀ ਉਹਨਾਂ ਦੇ ਅਹੁਦੇ ਤੋਂ ਹਟਾਇਆ ਜਾਏਗਾ ਜਿਹੜੇ ਜਿਹੜੇ ਭਗਵੰਤ ਮਾਨ ਹੁਣਾਂ ਦੀ ਟੀਮ ਦੇ ਮੈਂਬਰ ਨੇ ਉਹਨਾਂ ਦੇ ਮੀਡੀਆ ਸਲਾਹਕਾਰ ਨੇ ਕਹਿੰਦੇ ਮੈਂ ਕੇਂਦਰ ਸਰਕਾਰ ਨੂੰ ਅਪੀਲ ਕਰਦਾ ਕਿ ਭਗਵੰਤ ਮਾਨ ਦੇ ਐਡਵਾਈਜ਼ਰ ਨੂੰ ਐਲਓਸੀ ਜਾਰੀ ਕੀਤੀ ਜਾਵੇ ਤਾਂ ਜੋ ਉਹ ਦੇਸ਼ ਛੱਡ ਕੇ ਨਾ ਭੱਜ ਸਕਣ ਕਹਿੰਦੇ ਹੁਣ ਦੇਖਣਾ ਇਹ ਹੈ ਕਿ ਪਹਿਲਾਂ ਐਡਵਾਈਜ਼ਰ ਭੱਜਦੇ ਨੇ ਜਾਂ ਮੁੱਖ ਮੰਤਰੀ ਦਾ ਲਿਵਰ ਟ੍ਰਾਂਸਪਲੈਂਟ ਹੁੰਦਾ ਹੈ ਹੁਣ ਦੇਖੋ ਕਰਮਸ਼ੇਠੀਆ ਸਾਬਕਾ ਮੰਤਰੀ ਵੀ ਨੇ ਪੰਜਾਬ ਦੇ ਸ਼ਰੋਮਣੀ ਅਕਾਲੀ ਦਲ ਦੇ ਉੱਗੇ ਲੀਡਰ ਨੇ ਔਰ ਲੜਾਈ ਭਗਵੰਤ ਮਾਨ ਦੀ ਸਰਕਾਰ ਦੇ ਨਾਲ ਉਹ ਲਗਾਤਾਰ ਲੜ ਰਹੇ ਨੇ ਵੱਖ-ਵੱਖ ਮੁੱਦਿਆਂ ਤੇ ਪਰ ਗੱਲ ਇੱਥੇ ਆ ਕੇ ਖੜੀ ਹੋ ਜਾਂਦੀ ਹੈ ਕਿ ਅਗਰ ਵਿਕਰਮ ਸਿੰਘ ਮਜੀਠੀਆ ਦੇ ਇਲਜ਼ਾਮ ਇੰਨੇ ਜ਼ਿਆਦਾ ਗੰਭੀਰ ਨੇ ਆਮ ਆਦਮੀ ਪਾਰਟੀ ਵਾਲੇ ਉੱਕਾ ਹੀ ਤਵੱਜੋ ਨਹੀਂ ਦਿੰਦੇ ਮੈਂ ਦੇਖਿਆ ਕਿ ਐਡੇ ਵੱਡੇ ਇਲਜ਼ਾਮ ਵਿਕਰਮ ਸਿੰਘ ਮਜੀਠੀਆ ਨੇ ਲਾਏ ਨਾ ਤਾਂ ਆਮ ਆਦਮੀ ਪਾਰਟੀ ਦੇ ਕਿਸੇ ਕੌਮੀ ਬੁਲਾਰੇ ਨੇ ਕੋਈ ਬਿਆਨ ਜਾਰੀ ਕੀਤਾ ਨਾ ਹੀ ਪੰਜਾਬ ਦੇ ਆਮ ਆਦਮੀ ਪਾਰਟੀ ਦੇ ਬੁਲਾਰਿਆਂ ਨੇ ਇਨਾਂ ਦਾ ਖੰਡਨ ਕਰਕੇ ਕੋਈ ਵਿਕਰਮਜੀਤਿਆ ਤੇ ਸਵਾਲ ਖੜਾ ਕੀਤਾ ਹਾਂ ਬਲਤੇਜ ਪੰਨੂ ਉਹਨਾਂ ਨੇ ਕੱਲ ਇੱਕ ਪੋਸਟ ਪਾਈ ਔਰ ਬਲਤੇਜ ਪੰਨੂ ਉਹਨਾਂ ਦੀ ਜਿਹੜੀ ਸੋਸ਼ਲ ਮੀਡੀਆ ਤੇ ਪਾਈ ਹੋਈ ਪੋਸਟ ਹੈ ਉਹਨਾਂ ਨੇ ਉਸ ਪੋਸਟ 'ਚ ਭਾਵੇਂ ਉਹਨਾਂ ਨੇ ਨਾਂ ਤਾਂ ਨਹੀਂ ਕਿਸੇ ਦਾ ਲਿਆ ਪਰ ਉਹਨਾਂ ਨੇ ਇੱਕ ਪੂਰੀ ਇੱਕ ਗੱਲ ਪੁਰਾਣੀ ਹੈ ਕਹਿੰਦੇ ਪਰ ਟੁੱਕਦੀ ਹੈ ਅੱਜ ਵੀ ਬਹੁਤ ਜਗ੍ਹਾ ਤੇ ਟੁੱਕਦੀ ਹੈ ਕਿ ਲੋ ਮੈਂ ਉਹਨਾਂ ਨੇ ਕੀ ਗੱਲ ਕਹੀ ਮੈਂ ਉਹ ਪੂਰੀ ਉਦਾਹਰਨ ਚ ਨਹੀਂ ਜਾਂਦਾ ਪਰ ਜਿਹੜੀ ਮੋਟੀ ਮੋਟੀ ਗੱਲ ਉਹਨਾਂ ਨੇ ਕਹੀ ਉਹ ਕਹਿੰਦੇ ਐਵੇਂ ਨਾ ਅਟਕਲਾ ਮਾਰੀ ਜਾਓ ਮੈਨੂੰ ਲੱਗਦਾ ਜਵਾਬ ਉਹਨਾਂ ਨੇ ਵਿਕਰਮ ਸਿੰਘ ਮਜੀਠੀਆ ਨੂੰ ਹੀ ਦਿੱਤਾ ਹੈ ਕਹਿੰਦੇ ਐਵੇਂ ਨਾ ਅਟਕਲਾ ਮਾਰੀ ਜਾਓ ਬਲਤੇਜ ਬੰਨੂ ਪਤਾ ਨਹੀਂ ਕੀ ਦੇ ਬਾਰੇ ਲਿਖਦੇ ਬਲਤੇਜ ਬੰਨੂ ਕਹਿੰਦੇ ਅਸੀਂ ਕੋਈ ਚਿੱਟੇ ਦੇ ਵਪਾਰੀ ਨਹੀਂ ਜੋ ਕਿਤੇ ਭੱਜ ਚੱਲੇ ਆ ਅਸੀਂ ਪਿੱਠ ਵਿਖਾਉਣ ਵਾਲਿਆਂ ਵਿੱਚੋਂ ਨਹੀਂ ਬਲਕਿ ਹਿੱਕ ਵਿੱਚ ਵਜਣ ਵਾਲਿਆਂ ਵਿੱਚੋਂ ਹਾਂ ਅਸੀਂ ਯਾਰੀਆਂ ਪਗਾਉਣ ਵਾਲੇ ਹਾਂ ਯਾਰ ਮਾਰ ਕਰਨ ਵਾਲੇ ਨਹੀਂ ਦੱਬਦਾ ਕਿੱਥੇ ਆ ហេਠਾ ਲਿਖਿਆ ਬਲਤੇਜ ਪੰਨੂ ਇਹਦਾ ਮਤਲਬ ਹੈ ਕਿ ਜਿਹੜਾ ਵਿਕਰਮ ਸਿੰਘ ਮਜੀਠੀਆ ਨੇ ਇਲਜ਼ਾਮ ਐਡਾ ਵੱਡਾ ਬਲਤੇਜ ਪੰਨੂ ਹੋਣਾ ਤੇ ਲਾਇਆ ਸੋਸ਼ਲ ਮੀਡੀਆ ਤੇ ਔਰ ਟੈਲੀਵਿਜ਼ਨਾਂ ਦੇ ਨਾਲ ਗਲਬਾਤ ਕਰਦੇ ਹੋਏ ਵੀ ਉਹਨਾਂ ਨੇ ਬਿਆਨ ਦਿੱਤਾ ਕਿਤਨਾ ਕਿਤੇ ਬਲਤੇਜ ਬੰਨੂ ਪੰਨੂ ਉਹਨਾਂ ਨੇ ਵੀ ਮੋੜਵਾ ਜਵਾਬ ਉਹਨਾਂ ਦੀ ਇਸ ਗੱਲ ਦਾ ਦਿੱਤਾ ਔਰ ਹੁਣ ਕੀ ਭਗਵੰਤ ਮਾਨ ਵੀ ਕੋਈ ਟਿੱਪਣੀ ਕਰਨਗੇ ਕੀ ਭਗਵੰਤ ਮਾਨ ਉਹਨਾਂ ਦੀ ਸਰਕਾਰ ਇਸ ਮਾਮਲੇ ਦੇ ਵਿੱਚ ਕੋਈ ਐਕਸ਼ਨ ਕਰਦੀ ਹੈ ਆਮ ਆਦਮੀ ਪਾਰਟੀ ਵੱਲੋਂ ਕੋਈ ਰਿਐਕਸ਼ਨ ਹੁੰਦਾ ਹੈ ਵਿਕਰਮ ਸਿੰਘ ਮਜੀਠੀਆ ਦੇ ਇਹਨਾਂ ਬਿਆਨਾਂ ਤੋਂ ਬਾਅਦ ਔਰ ਇੱਕ ਅਜੀਬ ਤਰ੍ਹਾਂ ਦਾ ਇਹਨਾਂ ਮਾਮਲਿਆਂ ਦੇ ਵਿੱਚ ਜਿਹੜਾ ਸਨੱਟ ਹੈ ਇਹ ਵੀ ਸੋਸ਼ਲ ਮੀਡੀਆ ਤੇ ਕਈ ਤਰ੍ਹਾਂ ਦੇ ਭਰਮਪਲੇਖੇ ਪੈਦਾ ਕਰਦਾ ਪਰ ਜਿਹੜੀ ਗੱਲ ਮੈਂ ਪਹਿਲਾਂ ਕਹੀ ਹੈ ਮੈਨੂੰ ਇਹ ਲੱਗਦਾ ਹੈ ਕਿ ਆਮ ਆਦਮੀ ਪਾਰਟੀ ਵਾਲੇ ਵਿਕਰਮ ਸਿੰਘ ਮਜੀਠੀਆ ਦੇ ਇਲਜ਼ਾਮਾਂ ਨੂੰ ਸੀਰੀਅਸਲੀ ਨਹੀਂ ਲੈ ਰਹੇ ਉਹ ਗੰਭੀਰਤਾ ਹੀ ਨਹੀਂ ਦਿਖਾਉਂਦੇ ਵਿਕਰਮ ਸਿੰਘ ਮਜੀਠੀਆ ਦੀਆਂ ਗੱਲਾਂ ਤੇ ਇਸ ਕਰਕੇ ਦੇਖੋ ਚਾਹੀਦਾ ਤੇ ਇਹ ਹੈ ਕਿ ਹੁਣ ਵਿਕਰਮ ਸਿੰਘ ਮਜੀਠੀਆ ਕੋਈ ਸਬੂਤ ਸੁਬਾਤ ਕੱਢ ਕੇ ਲਿਓ ਕਿਉਂਕਿ ਉਹਨਾਂ ਨੇ ਸੋਸ਼ਲ ਮੀਡੀਆ ਤੇ ਬਿਆਨ ਵੀ ਦਿੱਤਾ ਪੋਸਟਾਂ ਵੀ ਪਾਈਆਂ ਸੋਸ਼ਲ ਮੀਡੀਆ ਤੇ ਗੱਲ ਵੀ ਤਰੀ ਹੈ ਪਰ ਜੇ ਕੋਈ ਸਵਾ ਜੇ ਕੋਈ ਸਬੂਤ ਕੱਢ ਕੇ ਲਿਓਣ ਵਿਕਰਮ ਸਿੰਘ ਮਜੀਠੀਆ ਫਿਰ ਇਹ ਗੱਲ ਵੱਡੀ ਬਣ ਸਕਦੀ ਹੈ ਕਿਉਂਕਿ ਅੱਜਕੱਲ੍ਹ ਲੀਡਰਾਂ ਦੇ ਉੱਤੇ ਲੀਡਰਾਂ ਬਾਰੇ ਇਹ ਵੀ ਕਿਹਾ ਜਾਂਦਾ ਹੈ ਕਿ ਲੀਡਰ ਇੱਕ ਦੂਜੇ ਦੇ ਉੱਤੇ ਬਹੁਤ ਗੰਭੀਰ ਕਿਸਮ ਦੇ ਇਲਜ਼ਾਮ ਲਾ ਦਿੰਦੇ ਨੇ ਬਿਨਾ ਸਬੂਤਾਂ ਤੋਂ ਸੋ ਇਸ ਕਰਕੇ ਕਿਉਂਕਿ ਵਿਕਰਮ ਸਿੰਘ ਮਜੀਠੀਆ ਅਕਾਲੀ ਦਲ ਦੇ ਵੱਡੇ ਲੀਡਰ ਨੇ ਸਾਬਕਾ ਵਿਧਾਇਕ ਨੇ ਔਰ ਲਗਾਤਾਰ ਟਾਕਰੇਚ ਨੇ ਭਗਵੰਤ ਮਾਨ ਦੀ ਸਰਕਾਰ ਦੇ ਉਹ ਵੀ ਇਹ ਇਲਜ਼ਾਮ ਲਾਉਂਦੇ ਨੇ ਲਗਾਤਾਰ ਕਿ ਕਈ ਸਿੱਟਾਂ ਬਣ ਗਈਆਂ ਭਗਵੰਤ ਮਾਨ ਦੀ ਸਰਕਾਰ 'ਚ ਔਰ ਹਰ ਸਿੱਟ ਕੋਈ ਨਾ ਕੋਈ ਉਹਨਾਂ ਤੋਂ ਉਨ੍ਹਾਂ ਤੇ ਦੋਸ਼ ਸਾਬਤ ਨਹੀਂ ਕਰ ਸਕੀ ਕੋਈ ਵੀ ਸੱਟ ਹੈ ਜਿਹੜੀ ਭਗਵੰਤ ਮਾਨ ਸਰਕਾਰ ਦੀ ਉਨ੍ਹਾਂ ਤੇ ਖਿਲਾਫ ਕੁਝ ਵੀ ਠੋਸ ਹਾਸਲ ਨਹੀਂ ਕਰ ਸਕੀ ਨਾ ਹੀ ਉਨ੍ਹਾਂ ਦੇ ਖਿਲਾਫ ਕੋਈ ਅਜਿਹੇ ਚਲਾਨ ਪੇਸ਼ ਹੋਇਆ ਜਿਹਦੇ ਵਿੱਚ ਉਨ੍ਹਾਂ ਦੇ ਖਿਲਾਫ ਕੋਈ ਸਬੂਤ ਦਿੱਤੇ ਹੁਣ ਸੋ ਕੁੱਲ ਮਿਲਾ ਕੇ ਦੇਖਿਆ ਜਾਵੇ ਤੇ ਇਹ ਸਿਆਸੀ ਲੜਾਈ ਪੰਜਾਬ ਚ ਇਹ ਬਹੁਤ ਗੰਭੀਰ ਕਿਸਮ ਦੇ ਇਲਜ਼ਾਮਾਂ ਦਾ ਰੂਪ ਲੈ ਚੁੱਕੀ ਹੈ ਤੇ ਆਉਂਦੇ ਦਿਨਾਂ ਦੇ ਵਿੱਚ ਇਹ ਸਿਆਸੀ ਇਲਜ਼ਾਮਬਾਜ਼ੀਆਂ ਦਾ ਦੌਰ ਕਿਸ ਪਾਸੇ ਨੂੰ ਵੱਧਦਾ ਇਹ ਇੱਕ ਬੰਦ ਹੈ ਇਹ ਬਹੁਤ ਦਿਲਚਸਪ ਗੱਲ ਆਉਂਦੇ ਦਿਨਾਂ ਦੇ ਵਿੱਚ ਬਣ ਸਕਦੀ ਹੈ ਪਰ ਮੇਰਾ ਇਹ ਮੰਨਣਾ ਹੈ ਕਿ ਬਿਕਰਮਜੀਠੀ ਨੂੰ ਜ਼ਰੂਰ ਸਬੂਤ ਕੱਢ ਕੇ ਬਾਹਰ ਰੱਖਣੇ ਚਾਹੀਦੇ ਨੇ ਜਿਸ ਤਰ੍ਹਾਂ ਦੇ ਉਹ ਇਲਜ਼ਾਮ ਲਾ ਰਹੇ ਨੇ ਔਰ ਆਮ ਆਦਮੀ ਪਾਰਟੀ ਦੀ ਸਰਕਾਰ ਨੂੰ ਵੀ ਜ਼ਰੂਰ ਆਪਣਾ ਰਿਐਕਸ਼ਨ ਇਹਦੇ ਤੇ ਦੇਣਾ ਬਣਦਾ ਹੈ ਤਾਂ ਕਿ ਕੋਈ ਵੀ ਭਰਮ ਭਲੇਖੇ ਦੀ ਸਥਿਤੀ ਪੰਜਾਬ ਦੇ ਵਿੱਚ ਨਾ ਬਣੇ ਘਟੋ ਘਟ ਭਾਵੇਂ ਆਮ ਆਦਮੀ ਪਾਰਟੀ ਦੀ ਹਾਈ ਕਮਾਂਡ ਜਾਂ ਮੁੱਖ ਮੰਤਰੀ ਭਗਵੰਤ ਮਾਨ ਅਫੀਸ਼ੀਅਲ ਤੌਰ ਦੇ ਉੱਤੇ ਜ਼ਰੂਰ ਇਸ ਮਾਮਲੇ 'ਚ ਉਹਨਾਂ ਨੂੰ ਕੋਈ ਨਾ ਕੋਈ ਐਕਸ਼ਨ ਲੈਣਾ ਪੈਂਦਾ ਜੀ 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 ਬਿਲਕੁਲ ਸੋਡਲਾ ਜੀ ਇੱਕ ਹੋਰ ਆਪਾਂ ਮੁੱਦੇ ਦੀ ਗੱਲ ਕਰੀਏ ਜਿਸ ਨੂੰ ਲੈ ਕੇ ਚਰਚਾਵਾ ਕਾਫੀ ਹੋ ਰਹੀ ਹੈ ਯਾਨੀ ਕਿ ਆਮ ਆਦਮੀ ਪਾਰਟੀ ਦੀ ਜੋ ਹਾਈ ਕਮਾਂਡ ਹੈ ਜਾਂ ਕੇਜਰੀਵਾਲ ਦੀ ਅਸੀਂ ਗੱਲ ਕਰ ਲਈਏ ਪੰਜਾਬ ਦੇ ਵਿੱਚ ਸਿਰਫ ਤਿੰਨ ਸਿਟਾਂ ਾਨ ਕਰਕੇ ਕਾਫੀ ਚਿੰਤਿਤ ਨਜ਼ਰ ਆ ਰਹੇ ਨੇ ਤੇ ਇਸੇ ਕਰਕੇ ਪੰਜਾਬ ਮੰਤਰੀ ਮੰਡਲ ਵਿੱਚ ਜਿਹੜੇ ਫੇਰ ਬਦਲਤੇ ਹੋਰ ਤਬਦੀਲੀਆਂ ਲਗਾਤਾਰ ਜਾਰੀ ਨੇ ਦੂਜੇ ਪਾਸੇ ਜੇ ਆਪਾਂ ਦਿੱਲੀ ਦੀ ਗੱਲ ਕਰ ਲਈਏ ਦਿੱਲੀ ਵਿੱਚ ਤਾਂ ਆਮ ਆਦਮੀ ਪਾਰਟੀ ਇੱਕ ਵੀ ਸੀਟ ਨਹੀਂ ਜਿੱਤੀ ਜਦ ਕਿ ਤਿੰਨੇ ਲੋਕ ਸਭਾ ਮੈਂਬਰ ਪੰਜਾਬ ਤੋਂ ਹੀ ਜਿੱਤੇ ਨੇ ਅਜਿਹੇ ਵਿੱਚ ਪੰਜਾਬ ਵਿੱਚ ਜੋ ਕੁਝ ਵੀ ਵਾਪਰ ਰਿਹਾ ਹੈ ਆਮ ਆਦਮੀ ਪਾਰਟੀ ਨੂੰ ਲੈ ਕੇ ਜੋ ਵੀ ਚਰਚਾਵਾਂ ਹੋ ਰਹੀਆਂ ਉਸ ਪਿੱਛੇ ਅਸਲ ਮਨਸ਼ਾ ਕੀ ਹੋ ਸਕਦੀ ਹੈ ਜਦ ਕਿ ਵਿਰੋਧੀ ਧਿਰ ਇਸ ਫੇਅਰ ਬਦਲ ਨੂੰ ਜੋ ਇੰਜ ਤਰ੍ਹਾਂ ਇੰਜ ਪ੍ਰਚਾਰ ਕਰ ਰਹੇ ਨੇ ਕਿ ਇਹ ਸਭ ਕੁਝ ਭਗਵੰਤ ਮਾਨ ਦੀ ਮਰਜ਼ੀ ਤੋਂ ਉਲਟ ਕੀਤਾ ਜਾ ਰਿਹਾ ਤੁਸੀਂ ਆਮ ਆਦਮੀ ਪਾਰਟੀ ਦੀ ਇਹਨਾਂ ਜਿਹੜੇ ਫੇਰ ਬਦਲ ਹੋ ਰਹੇ ਨੇ ਕਈ ਤਬਦੀਲੀਆਂ ਕੀਤੀ ਜਾ ਰਹੀਆਂ ਇਹਨਾਂ ਨੂੰ ਕਿਸ ਢੰਗ ਨਾਲ ਦੇਖ ਰਹੇ ਹੋ ਕਿ ਵਾਕਈ ਇਹ ਭਗਵੰਤ ਮਾਨ ਦੀ ਮਰਜ਼ੀ ਤੋਂ ਉਲਟ ਹੁੰਦਾ ਨਜ਼ਰ ਆ ਰਿਹਾ ਹੈ ਹਰਜੋਤ ਜੀ ਬਹੁਤ ਅਹਿਮ ਤੁਹਾਡਾ ਸਵਾਲ ਹੈ ਦੇਖੋ ਦਿੱਲੀ ਚ ਕਾਂਗਰਸ ਤੇ ਆਮ ਆਦਮੀ ਪਾਰਟੀ ਦਾ ਗੱਠ ਜੋੜ ਸੀ ਈਸ਼ਵਰ ਲੱਗਦਾ ਸੀ ਕਿ ਇੰਡੀਆ ਗੱਠ ਜੋੜ ਦੇ ਮੈਂਬਰ ਹੋਣ ਕਰਕੇ ਆਪ ਔਰ ਕਾਂਗਰਸ ਦਿੱਲੀ ਚ ਇਕੱਠੇ ਲੜ ਰਹੇ ਨੇ ਸ਼ਾਇਦ ਇੱਕ ਜਾਂ ਦੋ ਸੀਟਾਂ ਉਥੇ ਜਿੱਤ ਸਕਦੇ ਨੇ ਔਰ ਅਜੇ ਆ ਨਹੀਂ ਹੋਇਆ ਦਿੱਲੀ ਦੇ ਵਿੱਚ ਭਾਰਤੀ ਜਨਤਾ ਪਾਰਟੀ ਇੱਕ ਵਾਰੀ ਫੇਰ ਸੱਤ ਦੀਆਂ ਸੱਤ ਸੀਟਾਂ ਜਿੱਤੀ 2014 ਚ ਸੱਤ ਸੀਟਾਂ ਜਿੱਤੀ 2019 ਚ ਸੱਤ ਸੀਟਾਂ ਜਿੱਤੀ ਔਰ ਹੁਣ 2024 ਚ ਸੱਤ ਸੀਟਾਂ ਬੀਜੇਪੀ ਜਿੱਤੀ ਤਿੰਨ ਵਾਰ ਬੀਜੇਪੀ ਸੱਤ ਸੀਟਾਂ ਜਿੱਤੀ ਸੋ ਬੀਜੇਪੀ ਨੇ ਤਿੰਨ ਵਾਰ ਹੈਟ੍ਰਿਕ ਬਣਾਇਆ ਪਾਰਲੀਮੈਂਟ ਜਿੱਤਨ ਦਾ ਔਰ ਕੇਜਰੀਵਾਲ ਤਿੰਨ ਵਾਰੀ ਮੁੱਖ ਮੰਤਰੀ ਬਣੇ ਹਾਲਾਂਕਿ ਪਹਿਲੀ ਵਾਰੀ ਉਹਨਾਂ ਕੋਲੇ ਬਹੁਮਤ ਨਹੀਂ ਸੀ ਦੂਸਰੀ ਵਾਰੀ ਤਾਂ 67 ਸੀਟਾਂ ਲੈ ਗਈ ਸੀ ਤੇ ਤੀਜੀ ਵਾਰੀ ਹੁਣ ਉਹਨਾਂ ਕੋਲੇ 62 ਸੀਟਾਂ ਆਈਆਂ ਨੇ ਇਹਦਾ ਮਤਲਬ ਹੈ ਦਿੱਲੀ ਦੇ ਲੋਕਾਂ ਨੇ ਤਿੰਨ ਵਾਰ ਕੇਜਰੀਵਾਲ ਨੂੰ ਮੁੱਖ ਮੰਤਰੀ ਬਣਾਤਾ ਤਿੰਨ ਵਾਰ ਭਾਜਪਾ ਪਾਰਲੀਮੈਂਟ ਜਿੱਤ ਗਈ ਔਰ ਜਦੋਂ ਆਪ ਔਰ ਕਾਂਗਰਸ ਇਕੱਠੇ ਵੀ ਹੋਏ ਤਾਂ ਵੀ ਦਿੱਲੀ ਦੇ ਵਿੱਚ ਇੱਕ ਵੀ ਸੀਟ ਨਹੀਂ ਜਿੱਤ ਸਕੀ ਇਹਦਾ ਮਤਲਬ ਹੈ ਦਿੱਲੀ ਚ ਭਾਜਪਾ ਦੇ ਸਾਹਮਣੇ ਆਪ ਔਰ ਕਾਂਗਰਸ ਪਾਰਟੀ ਇਕੱਠੇ ਹੋ ਕੇ ਵੀ ਕੁਝ ਨਹੀਂ ਕਰ ਸਕੇ ਦਿੱਲੀ ਦੀਆਂ 7 ਸੀਟਾਂ ਸੀ ਹੁਣ ਜੇ ਅਸੀਂ ਪੰਜਾਬ ਦੀ ਗੱਲ ਕਰਦੇ ਹਾਂ ਪੰਜਾਬ 'ਚ ਕਾਂਗਰਸ ਤੇ ਆਮ ਆਦਮੀ ਪਾਰਟੀ ਇਕੱਲੇ ਲੜੇ ਦੋਵਾਂ ਦਾ ਗੱਟ ਜੋੜ ਨਹੀਂ ਸੀ ਇੱਥੇ ਆਮ ਆਦਮੀ ਪਾਰਟੀ ਤਿੰਨ ਸੀਟਾਂ ਜਿੱਤੀ ਔਰ ਪੰਜਾਬ ਦੀਆਂ ਸਾਰੀਆਂ ਸੀਟਾਂ ਭਗਵੰਤ ਮਾਨ ਦੇ ਚਿਹਰੇ ਤੇ ਲੜੀਆਂ ਜਾ ਰਹੀਆਂ ਸੀ ਔਰ ਉਸ ਵੇਲੇ ਭਗਵੰਤ ਮਾਨ ਨੇ ਤਿੰਨ ਸੀਟਾਂ ਜਿਤਾਈਆਂ ਜਦੋਂ ਪੰਜਾਬ ਚ ਆਮ ਆਦਮੀ ਪਾਰਟੀ ਕੋਲੇ ਸਿਰਫ ਤੇ ਸਿਰਫ ਇੱਕ ਮੈਂਬਰ ਪਾਰਲੀਮੈਂਟ ਸੀ ਸੁਸ਼ੀਲ ਰਿੰਕੂ ਜਿਹੜੇ ਕਿ ਜਦੋਂ ਟਿਕਟ ਦਿੱਤੀ ਤੇ ਉਹ ਵੀ ਛੱਡ ਕੇ ਬੀਜੇਪੀ 'ਚ ਜਾ ਚੁੱਕੇ ਸੀ ਸੋ ਆਮ ਆਦਮੀ ਪਾਰਟੀ ਪੰਜਾਬ 'ਚ ਦੁਬਾਰਾ ਤਿੰਨ ਸੀਟਾਂ ਜਿੱਤੀ 2014 'ਚ ਆਮ ਆਦਮੀ ਪਾਰਟੀ ਚਾਰ ਸੀਟਾਂ ਜਿੱਤੀ ਸੀ ਜਦੋਂ ਕਈ ਉਹਨਾਂ ਦੇ ਡਾਕਟਰ ਪਰਮਵੀਰ ਗਾਂਧੀ ਜਦੋਂ ਕਾਂਗਰਸ ਵੱਲੋਂ ਸੀ ਜਦੋਂ ਮਾਫ ਕਰਨਾ ਆਪ ਵੱਲੋਂ ਸੀ ਖਾਲਸਾ ਸਾਹਿਬ ਜਦੋਂ ਫਤਗੜ ਸਾਹਿਬ ਵਾਲੇ ਆਪ ਵੱਲੋਂ ਸੀ ਪ੍ਰੋਫੈਸਰ ਸਾਹਿਬ ਫਰੀਦਕੋਟ ਤੋਂ ਜਦੋਂ ਜਿੱਤੇ ਸੀ ਭਗਵੰਤ ਮਾਨ ਸੰਗਰੂਰ ਤੋਂ ਜਿੱਤੇ ਸੀ ਉਸ ਤੋਂ ਬਾਅਦ ਕੱਲਾ ਭਗਵੰਤ ਮਾਨ ਹੀ ਜਿੱਤਿਆ ਉਹਨੇ ਚ ਪਰ ਹੁਣ ਤਿੰਨ ਸੀਟਾਂ ਜਦੋਂ ਭਗਵੰਤ ਮਾਨ ਦੇ ਨਾਮ ਤੇ ਪੰਜਾਬ 'ਚ ਲੜੀਆਂ ਗਈਆਂ ਸੋ ਮੇਰਾ ਇਹ ਮੰਨਣਾ ਹੈ ਕਿ ਕਾਂਗਰਸ ਔਰ ਆਮ ਆਦਮੀ ਪਾਰਟੀ ਨੂੰ ਜਿਹੜਾ ਵੋਟ ਸ਼ੇਅਰ ਸੀ ਪੰਜਾਬ 'ਚ ਉਹ ਬਹੁਤਾ ਜ਼ਿਆਦਾ ਫਰਕ ਨਹੀਂ ਪਿਆ 26 26 27 27% ਲਗਭਗ ਦੋਹਾਂ ਪਾਰਟੀਆਂ ਨੂੰ ਇੱਕੋ ਜਿੱਕਾ ਇੱਕੋ ਜਿੰਨਾ ਹੀ ਵੋਟ ਸ਼ੇਅਰ ਮਿਲਿਆ ਇਹਦਾ ਮਤਲਬ ਹੈ ਕਿ तमाम ਕੋਸ਼ਿਸ਼ਾਂ ਦੇ ਬਾਵਜੂਦ ਵੀ ਅਗਰ ਪੰਜਾਬ ਚ ਆਮ ਆਦਮੀ ਪਾਰਟੀ ਤਿੰਨ ਸੀਟਾਂ ਹੀ ਜਿੱਤੀ ਉਸ ਨੂੰ ਬਹੁਤੀ ਮਾੜੀ ਪਰਫਾਰਮੈਂਸ ਨਹੀਂ ਮੰਨਿਆ ਜਾ ਸਕਦਾ ਜਦੋਂ ਵੋਟ ਸ਼ੇਅਰ ਲਗਭਗ ਕਾਂਗਰਸ ਜਿੰਨਾ ਬਰਾਬਰ ਹੈ ਹੁਣ ਕਿਉਂਕਿ ਅਕਾਲੀ ਦਲ ਵੱਖਰੇ ਤੌਰ ਤੇ ਲੜਿਆ ਭਾਜਪਾ ਵੱਖਰੇ ਤੌਰ ਤੇ ਲੜੀ ਚਾਰ ਪਾਰਟੀਆਂ ਦੇ ਮੁਕਾਬਲੇ ਚ ਅਗਰ ਐਂਟੀ ਇਨਕੰਮੈਂਸੀ ਹੋਣ ਦੇ ਬਾਵਜੂਦ ਵੀ ਅਗਰ ਪੰਜਾਬ ਚ ਕਿਸਾਨਾਂ ਨੇ ਖੁੱਲ ਕੇ ਕਾਂਗਰਸ ਦਾ ਸਮਰਥਨ ਕੀਤਾ ਕਿਉਂਕਿ ਰਾਹੁਲ ਗਾਂਧੀ ਉਹਨਾਂ ਨੇ ਕਹਿ ਰੱਖਿਆ ਸੀ ਅਗਰ ਇੰਡੀਆ ਗੱਠ ਜੋੜ ਦੀ ਸਰਕਾਰ ਬਣਦੀ ਹੈ ਤੇ ਅਸੀਂ ਐਮਐਸਪੀ ਦਾ ਕਾਨੂੰਨ ਹੈ ਜਿਹੜਾ ਉਹਨੂੰ ਲਾਗੂ ਕਰਾਂਗੇ ਉਹਦੀ ਗਰੰਟੀ ਦਿੱਤੀ ਸੀ ਉਹਨਾਂ ਨੇ ਹਾਲਾਂਕਿ ਜਦੋਂ ਸਰਕਾਰ ਨਹੀਂ ਬਣੀ ਇੰਡੀਆ ਗੱਠ ਜੋੜ ਦੀ ਤੇ ਕਿਸਾਨਾਂ ਨੇ ਰਾਹੁਲ ਗਾਂਧੀ ਨਾਲ ਪਾਰਲੀਮੈਂਟ ਚ ਮੁਲਾਕਾਤ ਕਰਕੇ ਇਹ ਮੰਗ ਕੀਤੀ ਕਿ ਪ੍ਰਾਈਵੇਟ ਮੈਂਬਰ ਬਿੱਲ ਦਿਓ ਵਿਰੋਧੀ ਧਿਰ ਇਕੱਠੀਆਂ ਹੋ ਕੇ ਕਿ ਐਮਐਸਪੀ ਦਾ ਕਾਨੂੰਨ ਲਾਗੂ ਕੀਤਾ ਜਾਵੇ ਤੇ ਅੱਜ ਤੱਕ ਪੰਜਾਬ ਦੇਸ਼ ਦੀਆਂ ਵਿਰੋਧੀ ਧਿਰਾਂ ਨੇ ਪਾਰਲੀਮੈਂਟ ਦੇ ਵਿੱਚ ਪ੍ਰਾਈਵੇਟ ਮੈਂਬਰ ਬਿੱਲ ਇਕੱਠੇ ਹੋ ਕੇ ਨਹੀਂ ਸੌਂਪਿਆ ਕਿ ਮੁਲਕ ਦੇ ਵਿੱਚ ਐਮਐਸਪੀ ਦਾ ਕਾਨੂੰਨ ਬਣੇ ਉਦੋਂ ਕਾਂਗਰਸ ਨੇ ਕਿਹਾ ਕਿ ਅਸੀਂ ਆਪਣੇ ਸਹਿਯੋਗੀਆਂ ਨਾਲ ਸਲਾਹ ਕਰਾਂਗੇ ਸੋ ਕਹਿਣ ਦਾ ਮਤਲਬ ਇਹ ਹੈ ਕਿ ਸਾਰੀਆਂ ਪੋਲਿਟਿਕਲ ਪਾਰਟੀਆਂ ਕਿਸਾਨਾਂ ਦੇ ਮਸਲੇ ਤੇ ਆ ਕੇ ਕਿਤਨਾ ਕਿਤੇ ਬਹੁਤ ਜ਼ਿਆਦਾ ਸੋਚ ਵਿਚਾਰ ਚ ਪੈ ਜਾਂਦੀਆਂ ਨੇ ਪਰ ਪੰਜਾਬ ਚ ਵੀ ਕਿਸਾਨੀ ਜਿਹੜੀ ਖੁੱਲ ਕੇ ਕਾਂਗਰਸ ਵਾਲੇ ਪਾਸੇ ਗਈ ਕਾਂਗਰਸ ਨਾਲ ਚੱਲੀ ਕਿਉਂਕਿ ਉਹਨਾਂ ਨੂੰ ਇਹ ਲੱਗਦਾ ਸੀ ਕਿ ਰਾਹੁਲ ਗਾਂਧੀ ਨਰਿੰਦਰ ਮੋਦੀ ਦੇ ਮੁਕਾਬਲੇ ਕਿਸਾਨ ਮਸਲਿਆਂ ਤੇ ਸਾਡੇ ਨਾਲ ਖੜੂਗਾ ਔਰ ਕਿਉਂਕਿ ਭਾਜਪੀ ਨੇ ਪਹਿਲਾਂ ਤਾਂ ਤਿੰਨ ਖੇਤੀ ਕਾਨੂੰਨ ਲਾਗੂ ਕੀਤੇ ਫਿਰ ਸੰਘਰਸ਼ ਹੋਇਆ ਫਿਰ ਵਾਪਸ ਲਏ ਤੇ ਫਿਰ ਕਿਸਾਨਾਂ ਦੀਆਂ ਮੰਗਾਂ ਮੰਨੀਆਂ ਵੀ ਲਈ ਸੋ ਇਸ ਕਰਕੇ ਖੁੱਲ ਕੇ ਕਿਸਾਨਾਂ ਨੇ ਕਾਂਗਰਸ ਵੱਲ ਵੋਟਾਂ ਪਾਈਆਂ ਜਿਹਦੇ ਕਰਕੇ ਕਾਂਗਰਸ ਨੂੰ 7 ਵੋਟਾਂ 5 7 ਪੰਜਾਬ ਚ 7 ਸੀਟਾਂ ਮਿਲ ਗਈਆਂ ਹਾਲਾਂਕਿ ਕਾਂਗਰਸ ਦੀ ਸਥਿਤੀ 7 ਸੀਟਾਂ ਦੀ ਨਹੀਂ ਸੀ ਔਰ ਕਿਉਂਕਿ ਰਾਜਨੀਤੀ ਕਿਸਾਨਾਂ ਨਾਲ ਖੜ ਗਿਆ ਔਰ ਕਿਸਾਨਾਂ ਨੂੰ ਵੀ ਲੱਗਿਆ ਕਿ ਇੰਡੀਆ ਗੱਠ ਜੋੜ ਦੀ ਅਗਰ ਸਰਕਾਰ ਬਣਦੀ ਹੈ ਅਗਰ ਨਰਿੰਦਰ ਮੋਦੀ ਦੀ ਗਵਾਈ ਵਾਲੀ ਸਰਕਾਰ ਨਹੀਂ ਬਣਦੀ ਤੇ ਐਮਐਸਪੀ ਦਾ ਜਿਹੜਾ ਕਾਨੂੰਨ ਹੈ ਉਹਦੀ ਗਰੰਟੀ ਇਹ ਸਾਨੂੰ ਦੇਣਗੇ ਪਰ ਪੰਜਾਬ ਚ ਕਿਉਂਕਿ ਗਠਜੋੜ ਨਹੀਂ ਸੀ ਇਸ ਕਰਕੇ ਆਪ ਦੀ ਬਜਾਏ 7 ਸੀਟਾਂ ਕਾਂਗਰਸ ਜਿੱਤੀ ਪਰ ਮੈਂ ਤਿੰਨ ਸੀਟਾਂ ਨੂੰ ਵੀ ਕਮਜ਼ੋਰ ਨਹੀਂ ਮੰਨਦਾ ਕਿਉਂਕਿ ਜੇ ਅਸੀਂ ਦਿੱਲੀ ਨਾਲ ਤੁਲਨਾ ਕਰੀਏ ਦਿੱਲੀ ਚ ਕਾਂਗਰਸ ਤੇ ਆਪ ਮਿਲ ਕੇ ਇੱਕ ਸੀਟ ਨਹੀਂ ਜਿੱਤ ਸਕੇ ਤੇ ਇੱਥੇ ਭਗਵੰਤ ਮਾਨ ਦੇ ਚਿਹਰੇ ਤੇ ਤਿੰਨ ਸੀਟਾਂ ਜਿੱਤੀਆਂ ਗਈਆਂ ਇਹਦਾ ਮਤਲਬ ਹੈ ਕਿ ਭਗਵੰਤ ਮਾਨ ਦੀ ਸਥਿਤੀ ਉਸ ਤਰ੍ਹਾਂ ਦੀ ਨਹੀਂ ਹੈ ਜਿਸ ਤਰ੍ਹਾਂ ਦੀ ਸਥਿਤੀ ਜਦੋਂ 19 ਚ ਪਾਰਲੀਮੈਂਟ ਦੀਆਂ ਚੋਣਾਂ ਪੰਜਾਬ ਚ ਹੋਈਆਂ ਭਾਵੇਂ ਕਾਂਗਰਸ ਉਦੋਂ ਵੀ 8 ਸੀਟਾਂ ਜਿੱਤ ਗਈ ਪਰ ਕੈਪਟਨ ਮਰਿੰਦਰ ਸਿੰਘ ਦੀ ਸਥਿਤੀ ਉਦੋਂ ਉਸ ਤਰ੍ਹਾਂ ਦੀ ਨਹੀਂ ਸੀ ਕੈਪਟਨ ਮਰਿੰਦਰ ਸਿੰਘ ਉਸ ਵੇਲੇ ਕੋਈ ਬਹੁਤ ਤਕੜੇ ਲੀਡਰ ਦੀ ਤਰ੍ਹਾਂ ਨਹੀਂ ਉਭਰੇ ਸੀ 7 ਜਾਂ 8 ਸੀਟਾਂ ਕੈਪਟਨ ਮਰਿੰਦਰ ਵੇਲੇ ਉਦੋਂ ਵੀ ਜਿੱਤੀਆਂ ਕਿਉਂਕਿ ਉਦੋਂ ਹਰਸ਼ਮਰਤ ਕੋਰ ਬਾਦਲ ਜਿੱਤੇ ਸੁਖਵੀਰ ਸਿੰਘ ਬਾਦਲ ਜਿੱਤੇ 2 ਸੀਟਾਂ ਜਿੱਤੀਆਂ ਫਿਰ ਸੋਮ ਪ੍ਰਕਾਸ਼ ਜਿੱਤੇ ਜਿਹੜੀ ਅਸੀਂ ਗੱਲ ਕਰਦੇ ਹਾਂ ਭਾਰਤੀ ਜਨਤਾ ਪਾਰਟੀ ਵੱਲੋਂ ਉਦੋਂ ਸੰਨੀ ਦਿਓਲ ਜਿੱਤੇ ਸੋ ਚਾਰ ਸੀਟਾਂ ਜਿਹੜੀਆਂ ਨੇ ਸਿੱਧੇ ਤੌਰ ਦੇ ਉੱਤੇ ਇਹਨਾਂ ਨੇ ਜਿੱਤੀਆਂ ਇੱਕ ਸੀਟ ਆਮ ਆਦਮੀ ਪਾਰਟੀ ਭਗਵੰਤ ਮਾਨ ਜਿੱਤੇ ਸੀ ਔਰ ਅੱਠ ਸੀਟਾਂ ਕੈਪਟਨ ਅਮਰਿੰਦਰ ਸਿੰਘ ਦੀ ਸਰਕਾਰ ਜਿੱਤੀ ਸੀ ਉਦੋਂ ਗਵਾਈਟ ਜਿੱਤੀ ਸੀ ਉਦੋਂ 19 ਦੀਆਂ ਪਾਰਲੀਮੈਂਟ ਦੀਆਂ ਚੋਣਾਂ ਤੋਂ ਬਾਅਦ ਜੀ ਕੈਪਟਨ ਅਮਰਿੰਦਰ ਸਿੰਘ ਨੇ ਨਵਜੋਤ ਸਿੰਘ ਸਿੱਧੂ ਦਾ ਲੋਕਲ ਬਾਡੀ ਮਹਿਕਮਾ ਬਦਲ ਕੇ ਬਿਜਲੀ ਦਾ ਮਹਿਕਮਾ ਦਿੱਤਾ ਸੀ ਜਦੋਂ ਨਵਜੋਤ ਸਿੰਘ ਸਿੱਧੂ ਨੇ ਬਿਜਲੀ ਦਾ ਮਹਿਕਮਾ ਸਵੀਕਾਰ ਨਹੀਂ ਕੀਤਾ ਤੇ ਉਹਨਾਂ ਨੇ ਆਪਣੇ ਮੰਤਰੀ ਦਾ ਅਹੁਦਾ ਛੱਡਤਾ ਸੀ ਉਹ ਪਹਿਲਾਂ ਹੀ ਛੱਡਤਾ ਸੀ ਉਹਨਾਂ ਨੇ ਉਹਨਾਂ ਨੇ 1 ਮਹੀਨੇ ਬਾਅਦ ਦੱਸਿਆ ਕਿ ਮੈਂ ਤਾਂ ਰਾਹੁਲ ਗਾਂਧੀ ਨੂੰ ਅਸਤੀਫਾ ਸੌਂਪ ਦਿੱਤਾ ਸੀ ਕਿਉਂਕਿ ਉਹ ਉਸ ਦੌੜ 'ਚ ਨਹੀਂ ਸੀ ਪੈਣਾ ਚਾਹੁੰਦੇ ਜਿੱਥੇ ਕੰਮ ਨਵਜੋਤ ਸਿੰਘ ਸਿੱਧੂ ਦੀ ਮਰਜ਼ੀ ਮੁਤਾਬਕ ਨਹੀਂ ਕਰ ਰਿਹਾ ਸੀ ਉਹਨਾਂ ਦਾ ਮੰਤਰਾਲਾ ਕਿਉਂਕਿ ਸਾਡੀ ਜਿਹੜਾ ਜਿਹੜਾ ਸਾਡਾ ਸਰਕਾਰ ਚਲਾਉਣ ਦਾ ਸਿਸਟਮ ਹੈ ਉਹ ਇਸ ਤਰ੍ਹਾਂ ਦਾ ਬਣ ਚੁੱਕਿਆ ਹੈ ਕਿ ਮੁੱਖ ਮੰਤਰੀ ਆਖਰੀ ਫੈਸਲੇ ਲੈਂਦੇ ਆ ਜਿਵੇਂ ਅਸੀਂ ਦੇਸ਼ ਦੀ ਸਰਕਾਰ ਚ ਵੀ ਦੇਖੀਏ ਆਖਰੀ ਫੈਸਲਾ ਪ੍ਰਧਾਨ ਮੰਤਰੀ ਦਾ ਹੁੰਦਾ ਸੋ ਪੰਜਾਬ ਚ ਵੀ ਜੇ ਅਸੀਂ ਗੱਲ ਕਰੀਏ ਕੈਪਟਨ ਅਮਰਿੰਦਰ ਸਿੰਘ ਵੇਲੇ ਵੀ ਮੁੱਖ ਮੰਤਰੀਆਂ ਦੇ ਹੱਥ ਚ ਬਹੁਤੀ ਆਜ਼ਾਦੀ ਨਹੀਂ ਸੀ ਔਰ ਹੁਣ ਵਾਲੀ ਸਰਕਾਰ ਜਿਹੜੀ ਭਗਵੰਤ ਮਾਨ ਦੀ ਇਸ ਮੌਕੇ ਵੀ ਮੰਤਰੀਆਂ ਦੇ ਹੱਥ ਚ ਕੋਈ ਬਹੁਤੀ ਆਜ਼ਾਦੀ ਨਹੀਂ ਹੈ ਮੈਂ ਦਾਅਵੇ ਨਾ ਕਹਿ ਸਕਦਾ ਆਖਰੀ ਫੈਸਲਾ ਮੁੱਖ ਮੰਤਰੀ ਭਗਵੰਤ ਮਾਨ ਹੀ ਕਰਦਾ ਇਦਾ ਮਤਲਬ ਹੈ ਕਿ ਕੁਝ ਲੋਕ ਨਹੀਂ ਇਸ ਗੱਲ ਨੂੰ ਪ੍ਰਵਾਨ ਕਰਦੇ ਉਹ ਆਜ਼ਾਦਾਨਾ ਫੈਸਲੇ ਲੈਣਾ ਚਾਹੁੰਦੇ ਨੇ ਬਤੌਰ ਮੰਤਰੀ ਸੋ ਨਵਜੋਤ ਸਿੰਘ ਸਿੱਧੂ ਨੇ ਆਪਣਾ ਅਹੁਦਾ ਛੱਡਿਆ ਸੀ ਔਰ ਉਸ ਤੋਂ ਬਾਅਦ ਨਵਜੋਤ ਸਿੰਘ ਸਿੱਧੂ ਸ਼ਾਂਤ ਰਹੇ ਜਦੋਂ ਕੈਪਟਨ ਅਮਰਿੰਦਰ ਸਿੰਘ ਨੇ ਫਿਰ ਬਹੁਤ ਤਬਦੀਲੀਆਂ ਕੀਤੀਆਂ ਉਸੇ ਤਰ੍ਹਾਂ ਦੀ ਸਥਿਤੀ ਹੁਣ ਆਮ ਆਦਮੀ ਪਾਰਟੀ ਚ ਨਜ਼ਰ ਆ ਰਹੀ ਹੈ ਜਦੋਂ ਅਰਵਿੰਦ ਕੇਜਰੀਵਾਲ ਜੇਲ੍ਹ ਚੋਂ ਬਾਹਰ ਆਏ ਤੇ ਪੰਜਾਬ ਦੇ ਮੰਤਰੀ ਮੰਡਲ ਚ ਤਬਦੀਲੀਆਂ ਹੋਈਆਂ ਜਿਹੜੇ ਚਾਰ ਮੰਤਰੀ ਅਹੁਦਿਆਂ ਤੋਂ ਜਿਨ੍ਹਾਂ ਤੋਂ ਅਸਤੀਫੇ ਲਏ ਗਏ ਨੇ ਇਹ ਕਦੀ ਵੀ ਆਮ ਆਦਮੀ ਪਾਰਟੀ ਨੇ ਨਹੀਂ ਕਿਹਾ ਦੱਸਿਆ ਹੀ ਨਹੀਂ ਕਿ ਉਹਨਾਂ ਦੇ ਅਹੁਦਿਆਂ ਤੋਂ ਅਸਤੀਫੇ ਕਿਉਂ ਲੈ ਗਏ ਹੁਣ ਜਨ ਆਦਮੀ ਪਾਰਟੀ ਇਹ ਕਹਿੰਦੀ ਕਿ ਅਸੀਂ ਹੋਰ ਨਵੇਂ ਚਿਹਰਿਆਂ ਨੂੰ ਮੌਕਾ ਦੇਣਾ ਚਾਹੁੰਦੇ ਹਾਂ ਇਸ ਕਰਕੇ ਇਹ ਮੰਤਰੀਆਂ ਦੀ ਜ਼ਿੰਮੇਵਾਰੀ ਅਸੀਂ ਕਿਤੇ ਹੋਰ ਲਾਵਾਂਗੇ ਉਹਨਾਂ ਨੂੰ ਕੋਈ ਹੋਰ ਜ਼ਿੰਮੇਵਾਰੀ ਦੱਸੀ ਹੋਵੇ ਇਹ ਵੀ ਨਹੀਂ ਦੱਸੀ ਗਈ ਇਹਦਾ ਮਤਲਬ ਹੈ ਕਿ ਆਮ ਆਦਮੀ ਪਾਰਟੀ ਦੀ ਹਾਈ ਕਮਾਂਡ ਨੇ ਜਾਂ ਦਿੱਲੀ ਦੀ ਜਿਹੜੀ ਆਮ ਆਦਮੀ ਪਾਰਟੀ ਦੀ ਹਾਈ ਕਮਾਂਡ ਹੈ ਉਹਨੇ ਇਹ ਸਨੇਹਾ ਦੇਣ ਦੀ ਕੋਸ਼ਿਸ਼ ਕੀਤੀ ਕਿ ਅਸੀਂ ਕਾਰਗੁਜ਼ਾਰੀ ਦੇ ਆਧਾਰ ਤੇ ਮੰਤਰੀ ਮੰਡਲ ਚ ਫੇਰ ਬਦਲ ਕੀਤਾ ਇਹਦਾ ਮਤਲਬ ਹੈ ਜਿੰਨਾ ਤੋਂ ਅਸਤੀਫੇ ਲਏ ਗਏ ਨੇ ਸ਼ਾਇਦ ਉਹਨਾਂ ਦੀ ਕਾਰਗੁਜ਼ਾਰੀ ਤੋਂ ਆਪ ਦੀ ਹਾਈ ਕਮਾਂਡ ਸੰਤੁਸ਼ਟ ਨਹੀਂ ਸੀ ਹੂੰ ਇਹ ਸਹੀ ਆਗਰਾ ਆਮ ਆਦਮੀ ਪਾਰਟੀ ਨਾ ਦਿੰਦੀ ਤੇ ਆਮ ਆਦਮੀ ਪਾਰਟੀ ਲਈ ਜ਼ਿਆਦਾ ਬਿਹਤਰ ਸੀ ਪਰ ਅਜਿਹਾ ਨਹੀਂ ਹੋਇਆ ਤੇ ਹੁਣ ਜਿਹੜੇ ਵਿਰੋਧੀ ਨੇ ਉਹ ਇਲਜ਼ਾਮ ਲਾ ਰਹੇ ਨੇ ਕਿ ਜਦ ਦਿੱਲੀ ਚ ਫੇਰ ਬਦਲ ਨਹੀਂ ਕੀਤਾ ਆਮ ਆਦਮੀ ਪਾਰਟੀ ਨੇ ਦਿੱਲੀ ਦੀਆਂ ਚੋਣਾਂ ਦੇ ਨਤੀਜਿਆਂ ਨੂੰ ਆਧਾਰ ਬਣਾ ਕੇ ਜਿਹੜਾ ਹੁਣ ਦਿੱਲੀ 'ਚ ਫੇਰ ਬਦਲ ਹੋਇਆ ਉਹ ਤਾਂ ਇਸ ਕਰਕੇ ਹੋਇਆ ਕਿਉਂਕਿ ਅਰਵਿੰਦ ਕੇਜਰੀਵਾਲ ਤੇ ਪਾਬੰਦੀ ਸੁਪਰੀਮ ਕੋਰਟ ਦੀ ਸੀ ਕਿ ਤੁਸੀਂ ਫਾਈਲਾਂ ਦਸਤਖਤ ਨਹੀਂ ਕਰ ਸਕਦੇ ਤੁਸੀਂ ਆਪਣੇ ਦਫ਼ਤਰ 'ਚ ਨਹੀਂ ਜਾ ਸਕਦੇ ਹੋਰ ਕੋਈ ਹੱਲ ਬਚਦਾ ਵੀ ਨਹੀਂ ਫਿਰ ਉਸ ਮੁੱਖ ਮੰਤਰੀ ਕੋਲੇ ਜਿਹੜਾ ਮੁੱਖ ਮੰਤਰੀ ਦਫ਼ਤਰ ਵੀ ਨਾਲ ਜਾ ਸਕੇ ਫਾਈਲਾਂ ਵੀ ਨਾਲ ਸਾਈਨ ਕਰ ਸਕੇ ਹਾਲਾਂਕਿ ਅਰਵਿੰਦ ਕੇਜਰੀਵਾਲ ਦੀ ਇਮਾਨਦਾਰੀ ਦੇ ਉੱਤੇ ਕਿਸੇ ਨੂੰ ਕੋਈ ਸ਼ੱਕ ਨਹੀਂ ਅਦਾਲਤਾਂ ਦੇ ਵਿੱਚ ਜਦੋਂ ਐਕਸਾਈਜ਼ ਪਾਲਿਸੀ ਦੇ ਮਾਮਲੇ ਕਿ ਫੈਸਲੇ ਆਉਣਗੇ ਆਖਰੀ ਫੈਸਲਾ ਉਦੋਂ ਹੋਊਗਾ ਕਿ ਭਾਰਤੀ ਜਨਤਾ ਪਾਰਟੀ ਦੀਆਂ ਏਜੰਸੀਆਂ ਝੂਠੀਆਂ ਸੀ ਜਾਂ ਆਮ ਆਦਮੀ ਪਾਰਟੀ ਦੀ ਸਰਕਾਰ ਨੇ ਦਿੱਲੀ ਵਾਲੀ ਨੇ ਕਰਪਸ਼ਨ ਕੀਤੀ ਹੈ ਤਾਂ ਜਦੋਂ ਫੈਸਲੇ ਆਉਣਗੇ ਫਿਰ ਪਤਾ ਲੱਗੂਗਾ ਪਰ ਅਰਵਿੰਦ ਕੇਜਰੀਵਾਲ ਦੀ ਇਮਾਨਦਾਰੀ ਤੇ ਜਦ ਤੱਕ ਫੈਸਲੇ ਨਹੀਂ ਆਉਂਦੇ ਮੈਨੂੰ ਲੱਗਦਾ ਕੋਈ ਸ਼ੱਕਤ ਕਰ ਵੀ ਨਹੀਂ ਰਿਹਾ ਪਰ ਉਹਨਾਂ ਨੇ ਵਾਪਸ ਆ ਕੇ ਹੁਣ ਦਿੱਲੀ ਚ ਆਪਣੀ ਮੁੱਖ ਮੰਤਰੀ ਦੀ ਸੀਟ ਛੱਡਤੀ ਮੰਤਰੀ ਤਾਂ ਫਿਰ ਬਦਲ ਨਹੀਂ ਸੀ ਕਈ ਮੰਤਰੀ ਉਹਨਾਂ ਨੇ ਇੱਕ ਦੋ ਦੋ ਮੰਤਰੀ ਦੋ ਮੰਤਰੀ ਜਿਹੜੇ ਨੇ ਨਵੇਂ ਉਹਨਾਂ ਨੇ ਉਹਨਾਂ ਨੂੰ ਮੰਤਰੀ ਮੰਡਲ ਚ ਸ਼ਾਮਲ ਕੀਤਾ ਜਿਹੜੇ ਕਿ ਰਾਖਵੇ ਕਰਨ ਦੇ ਕੋਟੇ ਦੇ ਵਿੱਚੋਂ ਆਉਂਦੇ ਨੇ ਸੋ ਉਹਨਾਂ ਨੇ ਦਿੱਲੀ ਚ ਮੁੱਖ ਮੰਤਰੀ ਦਾ ਚਿਹਰਾ ਬਦਲਿਆ ਪਰ ਪੰਜਾਬ ਦੇ ਵਿੱਚ ਜਿਹੜੇ ਤਰਕ ਦਿੱਤੇ ਜਾ ਰਹੇ ਨੇ ਫੇਰ ਬਦਲ ਨੂੰ ਲੈ ਕੇ ਔਰ ਭਗਵੰਤ ਮਾਨ ਮੁੱਖ ਮੰਤਰੀ ਦੇ ਆਲੇ ਦੁਆਲੇ ਦੇ ਜਿਹੜੇ ਇੱਕ ਦੋ ਲੋਕ ਬਦਲੇ ਗਏ ਨੇ ਉਹਦੇ ਨਾਲ ਆਮ ਆਦਮੀ ਪਾਰਟੀ ਕਿੰਨਾ ਕਿਤੇ ਇਹ ਸਨੇਹਾ ਦੰਦੀ ਨਜ਼ਰ ਆਈ ਹੈ ਕਿ ਪੰਜਾਬ ਚ ਬਹੁਤ ਕੁਝ ਤਬਦੀਲ ਕਰਨ ਵਾਲਾ ਹੈ ਪੰਜਾਬ ਦੇ ਵਿੱਚ ਸਰਕਾਰ ਦੀ ਪਰਫਾਰਮੈਂਸ ਨੂੰ ਹੋਰ ਸੁਧਾਰਨ ਦੀ ਲੋੜ ਹੈ ਹਾਲਾਂਕਿ ਉਹ ਹਰ ਜਗ੍ਹਾ ਹੁੰਦਾ ਹੈ ਕਿਤੇ ਵੀ ਕੋਈ ਸਿਸਟਮ 100% ਸ਼ੁੱਧ ਨਹੀਂ ਹੁੰਦਾ ਨਰਿੰਦਰ ਮੋਦੀ ਦੀ ਗਵਾਈ ਵਾਲੀ ਸਰਕਾਰ ਚ ਵੀ ਬਹੁਤ ਸਾਰੀਆਂ ਕਮੀਆਂ ਨੇ ਪਰ ਕਮੀਆਂ ਹਮੇਸ਼ਾ ਰਹਿਣੀਆਂ ਸਰਕਾਰਾਂ ਦੇ ਵਿੱਚ ਕਦੀ ਵੀ ਸਰਕਾਰਾਂ 100% ਲੋਕਾਂ ਦੀਆਂ ਉਮੀਦਾਂ ਤੇ ਖਰੀਆਂ ਨਹੀਂ ਉਤਰ ਸਕਦੀਆਂ ਇਹ ਜਦੋਂ ਤੱਕ ਮਨੁੱਖ ਦੇ ਹੱਥ ਦੇ ਵਿੱਚ ਕਮਾਂਡ ਹੈ ਇਹ ਚੀਜ਼ਾਂ ਅਸੰਭਵ ਨਹੀਂ ਔਰ ਮਸ਼ੀਨਾ ਸਰਕਾਰਾਂ ਚਲਾ ਨਹੀਂ ਸਕਦੀਆਂ ਸੋ ਮੈਨੂੰ ਮੇਰਾ ਮੇਰਾ ਕਹਿਣ ਦਾ ਮਤਲਬ ਇਹ ਹੈ ਕਿ ਵਿਰੋਧੀਆਂ ਕੋਲੇ ਆਮ ਆਦਮੀ ਪਾਰਟੀ ਦੀ ਲੀਡਰਸ਼ਿਪ ਨੇ ਹੀ ਵਿਰੋਧੀਆਂ ਨੂੰ ਕਿਤਨਾ ਕਿਤੇ ਮੌਕੇ ਦਿੱਤੇ ਕਿ ਉਹ ਆਮ ਆਦਮੀ ਪਾਰਟੀ ਦੇ ਫੈਸਲਿਆਂ ਤੇ ਸਵਾਲ ਚੱਕਣ ਮੈਂ ਕੱਲ ਪਰसों ਵੀ ਜ਼ਿਕਰ ਕੀਤਾ ਸੀ ਕਿ ਸਰਕਾਰ ਕੋਲੇ ਪੂਰਾ ਹੱਕ ਹੈ ਫੈਸਲੇ ਲੈਣ ਦਾ ਭਗਵੰਤ ਮਾਨ ਕੋਲੇ ਵੀ ਪੂਰਾ ਹੱਕ ਹੈ ਫੈਸਲੇ ਲੈਣ ਦਾ ਔਰ ਕੋਈ ਵੀ ਅਗਰ ਫੇਰ ਬਦਲ ਹੁੰਦੇ ਨੇ ਤੇ ਉਹ ਖੁੱਲੇ ਤੌਰ ਤੇ ਸਾਰਵਜਨਿਕ ਤੌਰ ਤੇ ਉਹਨਾਂ ਬਾਰੇ ਜਾਣਕਾਰੀ ਦਿੱਤੀ ਜਾਣੀ ਚਾਹੀਦੀ ਹੈ ਜਿਵੇਂ ਵਿਕਰਮ ਸਿੰਘ ਮਜੀਠੀਆ ਦੇ ਵੀ ਇਲਜ਼ਾਮ ਨੇ ਤੇ ਆਮ ਆਦਮੀ ਪਾਰਟੀ ਦੀ ਸਰਕਾਰ ਨੂੰ ਲੀਡਰਸ਼ਿਪ ਨੂੰ ਵਿਕਰਮ ਸਿੰਘ ਮਜੀਠੀਆ ਦੇ ਇਲਜ਼ਾਮਾਂ ਦਾ ਖੁੱਲ ਕੇ ਜਵਾਬ ਦੇਣਾ ਚਾਹੀਦਾ ਹੈ ਤਾਂ ਕਿ ਲੋਕਾਂ ਦੇ ਵਿੱਚ ਕਿਸੇ ਤਰ੍ਹਾਂ ਦੀ ਭ੍ਰਮੀਆਂ ਜਾਂ ਕਨਫਿਊਜ਼ਨ ਦੀ ਸਥਿਤੀ ਨਾ ਜਾਵੇ ਉਹ ਅਗਰ ਜਿੰਨਾ ਜ਼ਿਆਦਾ ਟਰਾਂਸਪੈਰੈਂਸੀ ਦੇ ਨਾਲ ਆਮ ਆਦਮੀ ਪਾਰਟੀ ਲੋਕਾਂ ਦੇ ਰੂਬਰੂ ਹੋਏਗੀ ਲੋਕਾਂ ਨੂੰ ਸੰਬੋਧਨ ਹੋਏਗੀ ਉਹਨੇ ਜਿਹੜੇ ਭ੍ਰਮਪਲੇਖੇ ਜਾਂ ਦੁਚਿੱਤੀਆਂ ਖੜੀਆਂ ਹੋਣ ਦੀਆਂ ਸਥਿਤੀਆਂ ਨੇ ਉਹ ਘਟਦੀਆਂ ਨੇ ਸੋ ਕੁੱਲ ਮਿਲਾ ਕੇ ਦੇਖਿਆ ਜਾਵੇ ਤਾਂ ਅਗਰ ਪੰਜਾਬ 'ਚ ਫੇਰ ਬਦਲ ਕੀਤੇ ਗਏ ਨੇ ਮੇਰਾ ਇਹ ਨਹੀਂ ਮੰਨਣਾ ਕਿ ਭਗਵੰਤ ਮਾਨ ਦੀ ਕਾਰਗੁਜ਼ਾਰੀ ਕਮਜ਼ੋਰ ਰਹੀ ਠੀਕ ਹੈ ਉਹ ਮੈਂ ਲਗਾਤਾਰ ਕਹਿ ਰਿਹਾ ਕਿ ਬਹੁਤ ਵੱਡੀਆਂ ਚੁਣੌਤੀਆਂ ਨੇ ਕੱਲ ਇੱਕ ਹੋਰ ਸ਼ਾਮ ਨੂੰ ਵਿਕਰਮ ਸਿੰਘ ਮਜੀਠੀਆ ਦਾ ਟਵੀਟ ਆਇਆ ਉਹਨਾਂ ਨੇ ਫੇਰ ਸ਼ਾਮ ਨੂੰ ਇੱਕ ਟੈਲੀਵਿਜ਼ਨ ਦੀ ਖਬਰ ਦੇ ਹਵਾਲੇ ਦੇ ਨਾਲ ਵਿਕਰਮ ਸਿੰਘ ਮਜੀਠੀਆ ਨੇ ਟਵੀਟ ਪਾਇਆ ਉਹਦੇ ਵਿੱਚ ਉਹਨਾਂ ਨੇ ਇੱਕ ਵਾਰ ਫੇਰ ਲਿਖਿਆ ਉਹ ਕਹਿੰਦੇ ਕਿ ਭਗਵੰਤ ਮਾਨ ਦੀ ਸਰਕਾਰ ਨੇ ਇੱਕ ਵਾਰੀ ਹੋਰ 1150 ਕਰੋੜ ਰੁਪਏ ਦਾ ਨਵਾਂ ਕਰਜ਼ਾ ਚੁੱਕਿਆ ਤੇ ਕਹਿੰਦੇ ਹੁਣ ਤੱਕ ਪੰਜਾਬ ਸਰ 385 3.85 ਲੱਖ ਕਰੋੜ ਦਾ ਕਰਜ਼ਾ ਹੋ ਗਿਆ ਤੇ ਹਰ ਮਹੀਨੇ ਸਰਕਾਰ ਖਰਚੇ ਲਈ 1500 ਤੋਂ 2000 ਕਰੋੜ ਦਾ ਕਰਜ਼ਾ ਚੁੱਕ ਰਹੀ ਹੈ ਦੇਖੋ ਇਹ ਗੱਲ ਬਿਲਕੁਲ ਸਪਸ਼ਟ ਹੈ ਭਗਵੰਤ ਮਾਨ ਕੇਂਦਰ ਨਾਲ ਲੜਾਈ ਲੜ ਰਿਹਾ ਹੈ 6890000 ਕਰੋੜ ਦਾ ਜਿਹੜਾ ਪੰਜਾਬ ਦਾ ਬਕਾਇਆ ਕੇਂਦਰ ਵੱਲ ਪਿਆ ਹੈ ਭਾਵੇਂ ਆਯੂਸ਼ਮਾਨ ਯੋਜਨਾ ਦਾ ਪੈਸਾ ਹੈ ਆਮੇ ਰੂਰਲ ਡਿਵੈਲਪਮੈਂਟ ਫੰਡ ਦਾ ਪੈਸਾ ਸੋ ਵੱਖ-ਵੱਖ ਤਰ੍ਹਾਂ ਦੇ ਪੈਸੇ ਆ ਜਿਹੜੇ ਉਹ ਕੇਂਦਰ ਵੱਲੋਂ ਕਿਉਂਕਿ ਸੂਬਾ ਸਰਕਾਰ ਨਾਲ ਟਕਰਾਅ ਹੈ ਉਹ ਪੈਸੇ ਨਹੀਂ ਆ ਰਹੇ ਦੂਸਰਾ ਜਦੋਂ ਕੈਪਟਨ ਅਮਰਿੰਦਰ ਔਰ ਵਿਕਰਮ ਸਿੰਘ ਮਜੀਠੀਏ ਨੇ ਸਰਕਾਰ ਛੱਡੀ ਪੰਜਾਬ 'ਚ ਔਰ ਜਦੋਂ ਅਕਾਲੀ ਦਲ ਨੂੰ ਲੋਕਾਂ ਨੇ ਸੱਤਾ ਤੋਂ ਬਾਹਰ ਕੀਤਾ ਅਕਾਲੀਆਂ ਨੇ ਵੀ ਪੰਜਾਬ ਦੇ ਸਿਰ ਖੂਬ ਕਰਜ਼ਾ ਚੜਾਇਆ ਅਕਾਲੀ ਔਰ ਬੀਜੇਪੀ ਇਹ ਦੋਵਾਂ ਦੀ ਸਰਕਾਰ ਨੇ ਇਕੱਲੇ ਅਕਾਲੀ ਨਹੀਂ ਅਕਾਲੀ ਦਲ ਔਰ ਬੀਜੇਪੀ ਨੇ ਦੋਵਾਂ ਸਰਕਾਰਾਂ ਨੇ ਵੀ ਪੰਜਾਬ 'ਤੇ ਕਰਜ਼ਾ ਚੜਾਇਆ ਤੇ ਫਿਰ ਕੈਪਟਨ ਮਰੇਂਦਰ ਤੇ ਮਨਪੀਤ ਬਾਦਲ ਜਦੋਂ ਖਜ਼ਾਨਾ ਮੰਤਰੀ ਸੀ ਉਦੋਂ ਵੀ ਪੰਜਾਬ ਸਰਕਾਰ ਦਾ ਚੜਿਆ ਇਹ ਕਰਸਾ ਕੱਲਾ ਭਗਵੰਤ ਮਾਨ ਨੇ ਨਹੀਂ ਲਿਆ ਪਰ ਸਾਡੀ ਜਿਹੜੀ ਸਿਆਸਤ ਹੈ ਉਹ ਇਸ ਤਰ੍ਹਾਂ ਦੀ ਹੋ ਗਈ ਹੈ ਕਿ ਜਿਹੜਾ ਸੱਤਾ 'ਚ ਹੈ ਹਰ ਕਿਸੇ ਦਾ ਇਲਜ਼ਾਮ ਉਹਦੇ ਸਿਰ ਤੇ ਲੱਗੂ ਵੀ ਅੱਜ ਤੱਕ ਜਿੰਨਾ ਪੰਜਾਬ ਕਰਜ਼ਈ ਹੋਇਆ ਇਹ ਕਹਿ ਦੋ ਵੀ ਸਾਰਾ ਭਗਵੰਤ ਮਾਨ ਨਹੀਂ ਕਰਤਾ ਕੱਲ ਫਿਰ ਭਗਵੰਤ ਸਿੰਘ ਕਹਿੰਦੇ 11500 ਕਰੋੜ ਦਾ ਕਰਜ਼ਾ ਚੱਕ ਲਿਆ ਇਹ ਚੱਕਣਾ ਹੀ ਪਏਗਾ ਕਿਉਂਕਿ ਅਸੀਂ ਪੰਜਾਬ ਨੂੰ ਤਾਂ ਵੇਚ ਨਹੀਂ ਸਕਦੇ ਅਸੀਂ ਇਹ ਤਾਂ ਇਹ ਤਾਂ ਕਰ ਨਹੀਂ ਸਕਦਾ ਭਗਵੰਤਮਾਨ ਵੀ ਮੰਤਰੀ ਮੰਡਲ ਦੀ ਬੈਠਕ ਬੁਲਾਵੇ ਇੱਕ ਜ਼ਿਲ੍ਹਾ ਵੇਚ ਦੇ ਕਿਸੇ ਦੂਜੇ ਸੂਬੇ ਨੂੰ ਵੀ ਭਾਈ ਤੁਸੀਂ ਲੈ ਜਾਓ ਸਾਨੂੰ ਪੈਸਾ ਦੇ ਦਿਓ ਅਸੀਂ ਆਪਣਾ ਪਲਾਟ ਨਿੱਜੀ ਵੇਚ ਸਕਦੇ ਹਾਂ ਅਸੀਂ ਆਪਣਾ ਨਿੱਜੀ ਘਰ ਵੇਚ ਸਕਦੇ ਹਾਂ ਪਰ ਕੋਈ ਵੀ ਮੁੱਖ ਮੰਤਰੀ ਨਾ ਸਰਕਾਰੀ ਜ਼ਮੀਨ ਆਪਣੇ ਲਈ ਵੇਚ ਸਕਦਾ ਨਾ ਕੋਈ ਜ਼ਿਲ੍ਹਾ ਵੇਚ ਸਕਦਾ ਤੇ ਫਿਰ ਹੱਲ ਕੀ ਆ ਫਿਰ ਹੱਲ ਕਰਜ਼ਾ ਜਦੋਂ ਕੇਂਦਰ ਤੋਂ ਪੈਸਾ ਨਹੀਂ ਸਵਾਲ ਤਾਂ ਇਹ ਹੈ ਕੀ ਵਿਕਰਮ ਸਿੰਘ ਮਜੀਠੀਆ ਨੇ ਕੇਂਦਰ ਨਾਲ ਜਿਸ ਤਰ੍ਹਾਂ ਦਾ ਵਿਕਰਮ ਸਿੰਘ ਮਜੀਠੀਆ ਨੇ ਲੜਾਈ ਭਗਵੰਤ ਮਾਨ ਦੇ ਨਾਲ ਲਈ ਹੈ ਕੀ ਵਿਕਰਮ ਸਿੰਘ ਮਜੀਠੀਆ ਉਹ ਲੜਾਈ ਭਾਰਤ ਦੀ ਸਰਕਾਰ ਦੇ ਨਾਲ ਲੜ ਸਕਦੇ ਨੇ ਸਵਾਲ ਇਹ ਆ ਵੱਡਾ ਹਮ ਅਗਰ ਵਿਕਰਮ ਸਿੰਘ ਮਜੀਠੀਆ ਅੱਜ ਕੇਂਦਰ ਸਰਕਾਰ ਦੇ ਨਾਲ ਵੀ ਉਸੇ ਤਰ੍ਹਾਂ ਨਾਲ ਲੜਨ ਪੰਜਾਬ ਦੇ ਹੱਕਾਂ ਲਈ ਜਾਂ ਪਹਿਲਾਂ ਲੜਦੇ ਹੁੰਦੇ ਜਦੋਂ ਪ੍ਰਕਾਸ਼ ਸਿੰਘ ਬਾਦਲ ਮੁੱਖ ਮੰਤਰੀ ਸੀ ਤੇ ਵਿਕਰਮ ਸਿੰਘ ਮਜੀਠੀਆ ਮੰਤਰੀ ਸੀ ਅਗਰ ਉਦੋਂ ਕਦੀ ਵਿਕਰਮ ਸਿੰਘ ਮਜੀਠੀਆ ਨੇ ਐਡੀ ਹਿੰਮਤ ਵਿਖਾਈ ਹੁੰਦੀ ਕਿ ਜੇ ਚੰਡੀਗੜ੍ਹ ਨਾ ਮਿਲਿਆ ਜੇ ਪੰਜਾਬ ਦੇ ਪਾਣੀਆਂ ਦਾ ਹੱਕ ਪੰਜਾਬ ਨੂੰ ਨਾ ਮਿਲਿਆ ਤੇ ਮੈਂ ਖੜਦਾ ਉਹ ਕਦੀ ਅਸੀਂ ਦੇਖਿਆ ਨਹੀਂ ਜਦੋਂ ਪ੍ਰਕਾਸ਼ ਸਿੰਘ ਬਾਦਲ ਦੀ ਸੱਤਾ ਸੀ ਉਦੋਂ ਕੇਂਦਰ 'ਚ ਬੀਬੀ ਹਰਸਿਮਰਤ ਕੌਰ ਬਾਦਲ ਮੰਤਰੀ ਸੀ ਸੁਖਵੀਰ ਸਿੰਘ ਬਾਦਲ ਵੀ ਪਹਿਲਾਂ ਅਟਲ ਬਿਹਾਰੀ ਬਾਜਪਈ ਦੇ ਰਾਜ 'ਚ ਰਾਜ ਮੰਤਰੀ ਰਹੇ ਸੋ ਇਸ ਕਰਕੇ ਅਕਾਲੀ ਦਲ ਦੀ ਜਦੋਂ ਭਾਜਪਾ ਨਾਲ ਸਾਂਝ ਰਹੀ ਹੈ ਉਦੋਂ ਖੁੱਲ ਕੇ ਅਕਾਲੀ ਦਲ ਲੜ ਨਹੀਂ ਸਕਿਆ ਪਤਾ ਨਹੀਂ ਕੀ ਮਜਬੂਰੀ ਸੀ ਭਾਜਪਾ ਦੀ ਮੈਨੂੰ ਲੱਗਦਾ ਜਿਵੇਂ ਹੁਣ ਆਮ ਆਦਮੀ ਪਾਰਟੀ ਦੀ ਹਾਈ ਕਮਾਂਡ ਵਿਕਰਮ ਸਿੰਘ ਮਜੀਠੀਆ ਦੇ ਸਵਾਲਾਂ ਤੇ ਕੋਈ ਬਹੁਤਾ ਜਵਾਬ ਨਹੀਂ ਦਿੰਦੇ ਉਸੇ ਤਰ੍ਹਾਂ ਅਕਾਲੀ ਦਲ ਨੇ ਵੀ ਭਾਜਪਾ ਨੇ ਉੱਪਰੋਂ ਜੋ ਕਿਹਾ ਮੰਨੀ ਗਏ ਔਰ ਇਹੀ ਕਾਰਨ ਹੈ ਕਿ ਅੱਜ ਅਕਾਲੀ ਦਲ ਪੰਜਾਬ ਚ ਇੱਕ ਵੀ ਮੈਂਬਰ ਪਾਰਲੀਮੈਂਟ ਅਕਾਲੀ ਦਲ ਦਾ ਨਹੀਂ ਹੈ ਸ਼੍ਰੋਮਣੀ ਅਕਾਲੀ ਦਲ ਦੇਸ਼ ਦੀ ਆਜ਼ਾਦੀ 'ਚ ਭੂਮਿਕਾ ਅਦਾ ਕਰਨ ਵਾਲੀ ਪਾਰਟੀ ਹੈ ਸੋ ਜਿਹੜੀਆਂ ਸਿਆਸੀ ਗਲਤੀਆਂ ਨੇ ਉਹਨਾਂ ਤੋਂ ਸਿੱਖਣ ਦੀ ਲੋੜ ਹੈ ਕਰਜ਼ੇ ਦੀ ਗੱਲ ਸੀ ਅਕਾਲੀ ਦਲ ਵੀ ਔਰ ਕੈਪਟਨ ਅਮਰਿੰਦਰ ਵੀ ਇਹਨਾਂ ਨੇ ਰੱਜ ਕੇ ਕਰਜ਼ਾ ਪੰਜਾਬ ਦੇ ਸਿਰ ਚੜਾਇਆ ਪਰ ਤੁਸੀਂ ਦੱਸੋ ਕੀ ਕੈਪਟਨ ਦਾ ਪਰਿਵਾਰ ਜਾਂ ਬਾਦਲਾ ਦੇ ਪਰਿਵਾਰ ਆਪ ਕਰਜ਼ਈ ਨੇ ਹਾਂ ਜੀ ਉਹ ਕਰਜ਼ੇ ਲੈ ਹੋਣਗੇ ਤੇ ਉਹ ਅੱਜਕੱਲ ਵੈਸੇ ਅੱਜਕੱਲ ਜਿਹੜੇ ਬੰਦੇ ਅਮੀਰ ਨੇ ਗਏ ਉਹ ਵੀ ਕਰਜ਼ੇ ਲੈ ਲੈਂਦੇ ਵੀ ਆਪਾਂ ਕੋ ਗੱਡੀ-ਗੁੱਡੀ ਲੈਣੀ ਕਾਰ ਕਿਸ਼ਤਾਂ ਦੀ ਚੱਲਾਂਗੇ ਕਰਜ਼ੇ ਤੇ ਲੈ ਲੈਂਦੇ ਔਰ ਉਹ ਕਰਜ਼ਈ ਨਹੀਂ ਉਹ ਆਪਣੀ ਸਹੂਲਤ ਲਈ ਕਰਜ਼ਾ ਲੈਂਦੇ ਨੇ ਹੁਣ ਕੀ ਕੈਪਟਨ ਮਰਿੰਦਰ ਜਾਂ ਬਾਦਲ ਪਰਵਾਰੇ ਆਪ ਕਰਜ਼ਈ ਨੇ ਪਰ ਜਦੋਂ ਇਹ ਸੱਤਾ 'ਚ ਸੀ ਉਦੋਂ ਪੰਜਾਬ ਕਰਜ਼ਈ ਹੋ ਗਿਆ ਕੀ ਲੋੜ ਸੀ ਇੰਨਾ ਕਰਜ਼ਾ ਚੱਕ ਕੇ ਪੰਜਾਬ ਦੇ ਵਿੱਚ ਐਡਾ ਕੁਝ ਉਸਾਰਨ ਦੀ ਜਿਹਦਾ ਅਸੀਂ ਲਾਹਾ ਹੀ ਨਹੀਂ ਲੈ ਪਾਉਂਦੇ ਹਜੋਜੀ ਲੁਧਿਆਣਾ ਚੰਡੀਗੜ ਵੀ ਜਾਣਾ ਹੋਵੇ ਨਾ ਜੀ ਜੇ ਬੰਦਾ ਕਾਰ ਲੈ ਲੇ ਔਖਾ ਸੌਖਾ ਇਹ 2250 ਰੁਪਏ ਟੋਲ ਦਾ ਕੱਟ ਜਾਂਦਾ ਜੀ ਪਰੌਲ ਦੀ ਦਾ ਰੇਟ ਵੱਖਰਾ ਸੋ ਇਸ ਕਰਕੇ ਇਹ ਤਾਂ ਹੈ ਨਾ ਵੀ ਭਗਵੰਤ ਮਾਨ ਨੇ 11 12 ਟੋਲ ਬੰਦ ਕਰਤੇ ਭਾਵੇਂ ਉਹਨਾਂ ਦੀ ਮਿਆਦ ਪੁੱਗ ਗਈ ਸੀ ਹੁਣ ਵਿਰੋਧੀ ਕਹਿੰਦੇ ਵੀ ਭਗਵੰਤ ਮਾਨ ਨੇ ਟੋਲ ਤਾਂ ਬੰਦ ਕੀਤੇ ਕਿਉਂਕਿ ਉਹਨਾਂ ਦੀ ਬਿਆਦ ਪੁੱਗ ਗਈ ਸੀ ਮੈਂ ਕਹਿੰਦਾ ਜੇ ਦੂਜੀਆਂ ਸਰਕਾਰਾਂ ਹੁੰਦੀਆਂ ਤੇ ਮਿਆਦ ਹੋਰ ਵਧਾ ਦੇਣੀ ਸੀ ਇਹਨਾਂ ਨੇ ਇਹ ਕੋਈ ਗਾਰੰਟੀ ਨਹੀਂ ਵੀ ਉਹਨਾਂ ਨੇ ਬੰਦ ਕਰਨੇ ਸੀ ਸੋ ਇਸ ਕਰਕੇ ਫਰਕ ਤਾਂ ਹੈ ਵੀ ਜੇ ਹੁਣ ਭਗਵੰਤ ਮਾਨ ਨੂੰ ਤੁਸੀਂ ਛੱਡਿਆ ਹੀ ਨਹੀਂ ਇਸ ਜੋਗਾ ਕਿ ਕਰਜ਼ਾ ਲਏ ਬਿਨਾ ਸਰਕਾਰ ਚੱਲੇ ਹੂੰ ਮੇਰਾ ਅਗਰਾ ਜੋ ਸੁਖਵੀਰ ਬਾਦਲ ਵੀ ਪੰਜਾਬ ਦਾ ਮੁੱਖ ਮੰਤਰੀ ਹੁੰਦਾ ਤੇ ਕਰਜ਼ਾ ਲੈਣਾ ਪੈਣਾ ਸੀ ਅਗਰ ਵਿਕਰਮ ਸਿੰਘ ਮਜੀਠੀਆ ਵੀ ਮੁੱਖ ਮੰਤਰੀ ਹੁੰਦਾ ਤੇ ਕਰਜ਼ਾ ਲੈਣਾ ਪੈਣਾ ਸੀ ਸੁਖਵੀਰ ਨੇ ਆਪਣੀਆਂ ਕੰਪਨੀਆਂ ਚੋਂ ਪੈਸੇ ਨਹੀਂ ਸੀ ਦੇਣੇ ਪੰਜਾਬ ਦੀ ਸਰਕਾਰ ਨੂੰ ਆਟਾ ਦਾਲ ਸਕੀਮ ਹੈ ਇਹ ਅਕਾਲੀ ਦਲ ਨੇ ਥੋੜੀ ਦਿੱਤੀ ਕਿ ਪੰਜਾਬ ਸਰਕਾਰ ਨੇ ਦਿੱਤੀ ਖਜ਼ਾਨੇ ਚੋਂ ਅਕਾਲੀ ਦਲ ਦਾ ਐਲਾਨ ਸੀ ਜਿਹੜੀ ਮੁਫਤ ਬਿਜਲੀ ਯੋਜਨਾ ਹੈ ਇਹ ਅਰਵਿੰਦ ਕੇਜਰੀਵਾਲ ਜੀ ਨੇ ਥੋੜੀ ਦਿੱਤੀ ਹੈ ਇਹ ਤਾਂ ਪੰਜਾਬ ਸਰਕਾਰ ਨੇ ਦਿੱਤੀ ਹੈ ਪੰਜਾਬ ਦੇ ਲੋਕਾਂ ਦਾ ਹੀ ਪੈਸਾ ਹੈ ਜਿਹੜਾ ਹੁਣ ਅਸੀਂ ਕਰਜ਼ਾ ਲੈ ਰਹੇ ਹਾਂ ਇਹ ਕਰਜ਼ਾ ਕਿਰ ਹੈ ਇਹ ਸਾਡਾ ਹੀ ਕਰਜ਼ਾ ਅਸੀਂ ਹੋਈ ਲੈ ਰਹੇ ਹਾਂ ਜੀ ਜਿਹੜਾ ਕਰਜ਼ਾ ਹੁਣ ਭਗਵੰਤ ਮਾਨ ਚੱਕ ਰਿਹਾ ਹੈ ਇਸੇ ਕਰਜ਼ੇ ਚੋਂ ਨੇ ਮੁਫਤ ਬਿਜਲੀ ਵਾਲਾ ਪੈਸਾ ਬਿਜਲੀ ਬੋਰਡ ਨੂੰ ਵੀ ਦੇਣਾ ਇਹਦਾ ਮਤਲਬ ਹੈ ਸਾਡੀ ਵਿਵਸਥਾ ਇਸ ਤਰ੍ਹਾਂ ਦੀ ਬਣ ਗਈ ਕਿ ਪੰਜਾਬ ਕਰਜ਼ੇ ਬਿਨਾਂ ਨਹੀਂ ਚੱਲ ਸਕਦਾ ਪੰਜਾਬ ਕਰਜ਼ੇ ਬਿਨਾਂ ਤਾਂ ਹੀ ਚੱਲ ਸਕਦਾ ਜੇ ਇੱਕ ਵਾਰੀ ਪੰਜਾਬ ਦਾ ਸਾਰਾ ਕਰਜ਼ਾ ਮਾਫ ਕੀਤਾ ਜਾਵੇ ਕੇਂਦਰ ਵੱਲ ਇਹ ਕਹਿ ਕੇ ਵੀ ਤੁਸੀਂ ਸਰਹੱਦੀ ਸੂਬਾ ਹਰ ਗੱਲ 'ਚ ਯਾਦ ਆ ਜਾਂਦਾ ਹੈ ਹੁਣ ਜਦੋਂ ਵਿਕਰਮ ਜਦੋਂ ਭਗਵੰਤ ਮਾਨ ਜੀ ਬਿਮਾਰ ਹੋ ਕੇ ਹਸਪਤਾਲ 'ਚ ਸੀ ਤੇ ਵਿਕਰਮ ਸਿੰਘ ਮਜੀਠੀਆ ਨੂੰ ਵੀ ਚਿੰਤਾ ਹੋਈ ਭਗਵੰਤ ਮਾਨ ਸਾਹਿਬ ਦੀ ਮਜੀਠੀਆ ਸਾਹਿਬ ਦੀ ਵੀਡੀਓ ਆਈ ਸੀ ਕਹਿੰਦੇ ਦੇਖੋ ਜੀ ਸਰਹੱਦੀ ਸੂਬਾ ਪੰਜਾਬ ਮੁੱਖ ਮੰਤਰੀ ਦੇ ਇਲਾਜ 'ਚ ਕਮੀ ਨਹੀਂ ਹੋਣੀ ਚਾਹੀਦੀ ਫਿਰ ਜੇ ਪੰਜਾਬ ਸਰਹੱਦੀ ਸੂਬਾ ਹੈ ਜਦੋਂ ਸਿਆਸਤ ਪੋਲਿਟਿਕਸ ਯਾ ਮੁੱਖ ਮੰਤਰੀ ਬਣਨੇ ਹੁੰਦੇ ਸਰਕਾਰਾਂ ਬਣਨੀਆਂ ਹੁੰਦੀਆਂ ਫਿਰ ਯਾਦ ਆ ਜਾਂਦਾ ਵੀ ਉਧਰ ਪਾਕਿਸਤਾਨ ਹੈ ਜੀ ਸਾਡਾ ਦੁਸ਼ਮਣ ਅਸੀਂ ਸਰਹੱਦੀ ਸੂਬਾ ਤੇ ਜਦੋਂ ਕਰਜ਼ਾ ਚੜਦਾ ਉਦੋਂ ਕੋਈ ਉਦੋਂ ਕਿਸੇ ਨੂੰ ਕਿਉਂ ਨਹੀਂ ਚਿੰਤਾ ਹੁੰਦੀ ਵੀ ਭਾਈ ਉਧਰ ਪਾਕਿਸਤਾਨ ਹੈ ਆਪਾਂ ਪੰਜਾਬ ਨੂੰ ਕਰਜ਼ਾ ਹੀ ਨਾ ਕਰੀਏ ਆਪਾਂ ਪੰਜਾਬ ਨੂੰ ਤਕੜੇ ਰੱਖੀਏ ਸੋ ਇਹ ਸਾਰੀਆਂ ਗੱਲਾਂ ਤੋਂ ਕਹਿਣ ਦਾ ਪਾਵੇ ਹੈ ਕਿ ਕਰਜ਼ਾ ਪੰਜਾਬ ਦੇ ਸਿਰ ਚੜਨਾ ਚਿੰਤਾ ਵਾਲੀ ਗੱਲ ਹੈ ਪਰ ਇਹ ਸਾਰੇ ਦਾ ਦੋਸ਼ੀ ਭਗਵੰਤ ਮਾਨ ਨੂੰ ਬਣਾ ਦਿੱਤਾ ਜਾਵੇ ਇਹ ਗਲਤ ਹੈ ਸ਼ੋਕ ਕਰਜ਼ਾ ਚੜ੍ਹ ਲਈ ਪੰਜਾਬ ਦੀਆਂ ਸਾਰੀਆਂ ਪੁਰਾਣੀਆਂ ਪੋਲਿਟੀਕਲ ਪਾਰਟੀਆਂ ਜ਼ਿੰਮੇਦਾਰ ਨੇ ਜਿਨ੍ਹਾਂ ਨੇ ਕਰਜ਼ਾ ਚੱਕ ਚੱਕ ਉਹ ਸਥਿਤੀ ਸਾਡੇ ਲਿਆਤੀ ਪੰਜਾਬ ਦੀ ਕਿ ਕਰਜ਼ੇ ਬਿਨਾ ਅਸੀਂ ਸਾਹ ਹੀ ਨਹੀਂ ਲੈ ਸਕਦੇ ਹੁਣ ਜੇ ਪੰਜਾਬ ਕਰਜ਼ਾ ਨਾ ਚੱਕੇ ਤੇ ਸਾਹ ਨਹੀਂ ਆਉਣਾ ਕਿੱਥੋਂ ਪੰਜਾਬ ਦੇ ਕੰਮਕਾਰ ਚੱਲਣੇ ਨੇ ਤਨਖਾਹਾਂ ਨਹੀਂ ਦਿੱਤੀਆਂ ਜਾਣੀਆਂ ਜੇ ਆਉਣ ਵਾਲੇ ਸਮੇਂ 'ਚ ਪੰਜਾਬ ਦੀ ਸਰਕਾਰ ਕਰਜ਼ਾ ਨਹੀਂ ਚੱਕਦੀ ਇਹਦਾ ਮਤਲਬ ਹੈ ਕਿ ਕਿਤੇ ਨਾ ਕਿਤੇ ਅਕਾਲੀ ਭਾਜਪਾ ਦੀ ਸਰਕਾਰ ਕਾਂਗਰਸ ਦੀ ਸਰਕਾਰ ਔਰ ਹੁਣ ਵਾਲੀ ਦੀ ਵੀ ਮਜਬੂਰੀ ਹੈ ਕਰਜ਼ਾ ਚੱਕਣਾ ਇਨਾ ਸਾਰੀਆਂ ਸਰਕਾਰਾਂ ਕਰਕੇ ਅਸੀਂ ਕਿਤੇ ਨਾ ਕਿਤੇ ਪੰਜਾਬ ਸੂਬਾ ਇਹ ਹੁਣ ਕਿਤੇ ਨਾ ਕਿਤੇ ਦਿੱਲੀ ਵੱਲ ਦੇਖਦਾ ਵੀ ਭਾਈ ਸਾਡੇ ਕਰਜ਼ੇ ਦੀ ਲਿਮਟ ਵਧਾ ਦਿਓ ਸਾਨੂੰ ਥੋੜਾ ਕਰਜ਼ਾ ਹੋਰ ਦੇ ਦਿਓ ਇਸ ਕਰਕੇ ਸਾਨੂੰ ਜਿਵੇਂ ਸਾਡੇ ਵੱਡੇ ਵੱਡੇ ਲੀਡਰਾਂ ਨੇ ਆਪਣੇ ਕਾਰੋਬਾਰ ਚਲਾਏ ਜਿਵੇਂ ਆਪਣੀਆਂ ਬੱਸਾਂ ਪ੍ਰੋਫਿਟ 'ਚ ਨੇ ਜਿਵੇਂ ਆਪਣੇ ਹੋਟਲ ਪ੍ਰੋਫਿਟ 'ਚ ਨੇ ਜਿਵੇਂ ਆਪਣੀਆਂ ਹੋਰ ਵੱਖ-ਵੱਖ ਤਰ੍ਹਾਂ ਦੇ ਕੰਮ ਨੇ ਕਿਸੇ ਦੀ ਫਾਈਨਾਂਸ ਕੰਪਨੀ ਐ ਕਿਸੇ ਦਾ ਕੇਬਲ ਦਾ ਕੰਮ ਐ ਕਿਸੇ ਦਾ ਕਿਸੇ ਨੇ ਵਿਆਜ ਤੇ ਪੈਸੇ ਦਿੱਤੇ ਹੋਏ ਨੇ ਜਿਵੇਂ ਲੀਡਰਾਂ ਨੇ ਆਪਣੇ ਕੰਮ ਚਲਾਏ ਭਾਈ ਉਸੇ ਤਰ੍ਹਾਂ ਜਦ ਤੱਕ ਤੁਸੀਂ ਪੰਜਾਬ ਨਹੀਂ ਚਲਾਉਂਦੇ ਤਦ ਤੱਕ ਕਰਜ਼ਾ ਲੈਣਾ ਪੈਣਾ ਭਗਵੰਤ ਮਾਨ ਛੱਡੋ ਤੁਸੀਂ ਕੋਈ ਹੋਰ ਮੁੱਖ ਮੰਤਰੀ ਵੀ ਲਾ ਲੋਂਗੇ ਤਾਂ ਵੀ ਕਰਜ਼ਾ ਲੈਣਾ ਪੈਣਾ ਸੋ ਸਟੀਆਂ ਨੇ ਜਿਹੜੀਆਂ ਪੰਜਾਬ ਦੀਆਂ ਉਹ ਸਿਆਸਤ ਹੈ ਜਿਹੜੀ ਉਹ ਮੁੱਦਿਆਂ ਤੋਂ ਪੂਰੀ ਤਰ੍ਹਾਂ ਨਾਲ ਭਟਕ ਚੁੱਕੀ ਹੈ ਤੇ ਨਿੱਜੀ ਇਲਜ਼ਾਮਾਂ ਦੀ ਸਿਆਸਤ ਇਸ ਵਕਤ ਬਣੀ ਹੋਈ ਹੈ ਜੀ ਜੀ ਬਿਲਕੁਲ ਸਹੀ ਹੈ ਸੋ ਤੁਸੀਂ ਬਹੁਤ ਵਧੀਆ ਟੰਗ ਦੇ ਨਾਲ ਜੋ ਹੈ ਪੰਜਾਬ ਦੀ ਸਿਆਸਤ ਦੇ ਉੱਪਰ ਪੂਰੀ ਗੱਲ ਸਾਂਝੀ ਕੀਤੀ ਹੈ ਤੇ ਹੁਣ ਆਪਾਂ ਗੱਲ ਜੋ ਹੈ ਗਵਾਂਡੀ ਸੂਬੇ ਹਰਿਆਣਾ ਦੀ ਵੀ ਕਰ ਲਈਏ ਡੱਲਾ ਜੀ ਹੁਣ ਕੱਲ ਨੂੰ ਜੋ ਹੈ ਹਰਿਆਣਾ ਦੀਆਂ ਵੋਟਾਂ ਦਾ ਨਤੀਜਾ ਆ ਜਾਣਾ ਹੈ ਸ਼ੁਰੂਆਤ ਵਿੱਚ ਤਾਂ ਭਗਵੰਤ ਮਾਨ ਨੇ ਖੂਬ ਜੋ ਹੈ ਦੱਬ ਕੇ ਚੋਣ ਪ੍ਰਚਾਰ ਕੀਤਾ ਪਰ ਬਾਅਦ ਵਿੱਚ ਹਰਿਆਣਾ ਦੀ ਕਮਾਂਡ ਅਰਵਿੰਦ ਕੇਜਰੀਵਾਲ ਨੇ ਸੰਭੀ ਸੋ ਹੁਣ ਆਪਾਂ ਜਦੋਂ ਹਰਿਆਣੇ ਦੇ ਨਤੀਜਿਆਂ ਵੱਲ ਨੂੰ ਵੇਖ ਰਹੇ ਹਾਂ ਤਾਂ ਤੁਸੀਂ ਕਿਵੇਂ ਦੇਖਦੇ ਹੋ ਆਮ ਆਦਮੀ ਪਾਰਟੀ ਦੇ ਪਵਿਕ ਨੂੰ ਜੋੜ ਕੇ ਨਾਲ ਦੀ ਨਾਲ ਪੰਜਾਬ ਦੀ ਸਿਆਸਤ ਦੇ ਉੱਪਰ ਇਹਨਾਂ ਨਤੀਜਿਆਂ ਦਾ ਕਿਸ ਤਰ੍ਹਾਂ ਦਾ ਅਸਰ ਪਏਗਾ ਕੀ ਕਹਿਣਾ ਚਾਹੋਗੇ ਸਭ ਤੇ ਦੇਖੋ ਮੈਂ ਹਮੇਸ਼ਾ ਕਹਿਣਾ ਹੁੰਦਾ ਕਿ ਜਿਹੜੇ ਹੁਣ ਹਰਿਆਣੇ ਦੇ ਨਤੀਜੇ ਨੇ ਪਹਿਲੀ ਤਾਂ ਗੱਲ ਇਹ ਇਹਨਾਂ ਨਤੀਜਿਆਂ ਤੋਂ ਸਮਝ ਆਉ ਕੱਲ ਨਤੀਜੇ ਆਉਣੇ 8 ਤਰੀਕ ਨੂੰ ਕਿ ਹਰਿਆਣੇ ਚ ਕੋਈ ਖੇਤਰੀ ਪਾਰਟੀ ਦਾ ਵਜੂਦ ਬਚਦਾ ਹੀ ਹੈ ਨਹੀਂ ਇੰਡੀਅਨ ਨੈਸ਼ਨਲ ਲੋਕਦਲ ਲੰਮਾ ਸਮਾਂ ਉਹਨਾਂ ਨੇ ਸਰਕਾਰ ਚ ਚਲਾਈ ਦੇਵੀ ਲਾਲ ਜੀ ਪ੍ਰਕਾਸ਼ ਸਿੰਘ ਬਾਦਲ ਦੇ ਵੀ ਦੋਸ ਸੀ ਭੋਮ ਪ੍ਰਕਾਸ਼ ਚੋਟਾਲਾ ਫਿਰ ਬਾਕੀ ਵੀ ਚਲੋ ਚੋਟਾਲਾ ਸਾਰਾ ਪਰਿਵਾਰ ਆ ਗਿਆ ਕੀ ਉਹ ਸੱਤਾ ਚ ਵਾਪਸੀ ਕਰਦੇ ਨੇ ਕੀ ਉਹ ਵਿਰੋਧੀ ਧਿਰ ਦੀ ਭੂਮਿਕਾ ਚ ਆਉਂਦੇ ਨੇ ਜਾਂ ਉਹ 1 2 4 5 10 ਸੀਟਾਂ ਤੇ ਸਿਮਟ ਜਾਣਗੇ ਪਿਛਲੀ ਵਾਰੀ ਜਜਪੀ 10 ਸੀਟਾਂ ਲੈ ਗਈ ਸਰਵੇਖਣ ਇਸ ਵਾਰ ਕਹਿੰਦੇ ਜਜਪੀ ਨੂੰ 10 ਸੀਟਾਂ ਵੀ ਨਹੀਂ ਆਉਣਗੀਆਂ ਹਾਂ ਆਮ ਆਦਮੀ ਪਾਰਟੀ ਆਮ ਆਦਮੀ ਪਾਰਟੀ ਬਾਰੇ ਆਪਾਂ ਇਹ ਉਮੀਦ ਕਰ ਸਕਦੇ ਹਾਂ ਹਰਿਆਣੇ 'ਚ ਕਿ ਕੀ ਹਰਿਆਣੇ 'ਚ ਆਪ ਦਾ ਖਾਤਾ ਖੁੱਲੇਗਾ ਅਗਰ ਆਮ ਆਦਮੀ ਪਾਰਟੀ ਦਾ ਖਾਤਾ ਹਰਿਆਣੇ 'ਚ ਖੁੱਲ ਗਿਆ ਕਿੰਨੀਆਂ ਸੀਟਾਂ ਆਉਂਦੀਆਂ 1 2 3 4 5 6 7 8 9 10 ਕਿੰਨੀਆਂ ਕਾਉਂਦੀਆਂ ਅਗਰ ਤਾਂ 4 5 ਸੀਟਾਂ ਵੀ ਆ ਗਈਆਂ ਕੀ ਆਮ ਆਦਮੀ ਪਾਰਟੀ ਦੇ ਪੈਰ ਹਰਿਆਣੇ 'ਚ ਲੱਗਣ ਵਾਲੇ ਪਾਸੇ ਕਮ ਤੁਰ ਪੈਣਾ। ਹੂੰ ਪਰ ਜੇ ਇੰਡੀਅਨ ਨੈਸ਼ਨਲ ਲੋਕ ਦਲ 10-12 ਸੀਟਾਂ ਲੈ ਜੂ ਤੇ ਉਹਦੀ ਹੋਂਦ ਬਚੂ। ਅਗਰ ਸਾਰੀਆਂ ਪਾਰਟੀਆਂ ਇੰਡੀਅਨ ਨੈਸ਼ਨਲ ਲੋਕ ਦਲ, ਜੀ ਜੀ ਪੀ, ਆਮ ਆਦਮੀ ਪਾਰਟੀ 5-7 ਤੇ ਰਹਿ ਗਈਆਂ ਤੇ ਸਮਝ ਲੋ ਕਿ ਇਹਨਾਂ ਖੇਤਰੀ ਆਮ ਆਦਮੀ ਪਾਰਟੀ ਦਾ ਕੌਮੀ ਹੈ। ਦੋਨਾਂ ਖੇਤਰੀ ਪਾਰਟੀਆਂ ਦੀ ਸਿਆਸਤ ਮੱਠੀ ਪੈ ਗਈ ਜਿਵੇਂ ਪੰਜਾਬ 'ਚ ਦੇਖੋ ਤੁਸੀਂ। ਹੂੰ ਪੰਜਾਬ ਸਿਰਫ ਦੋ ਸੀਟਾਂ ਜਿੱਤੀ ਹੈ ਜਿੱਤੇ ਆਕਾਲੀ 10 ਸੀਟਾਂ ਸੁਖਵਿੰਦਰ ਸੁਖੀ ਜੀ ਜਿੱਤੇ ਸੀ ਉਹ ਤਾਂ ਚਲੋ ਆਪ ਜੀ ਚਲੇਗੇ ਭਗਵੰਤ ਮਾਨ ਹੁਣ ਵਿਕਰਮ ਸਿੰਘ ਮਜੀਠੀਆ ਜਿੱਤੇ ਉਹਨਾਂ ਦੀ ਧਰਮ ਪਤਨੀ ਜਿੱਤੀ ਕਿਉਂਕਿ ਵਿਕਰਮ ਮਜੀਠੀਆ ਦਾ ਮਜੀਠੀਆ ਹਲਕੇ 'ਚ ਆਧਾਰ ਹੈ ਲੀਡਰ ਤਾਂ ਵਿਕਰਮ ਮਜੀਠੀਆ ਵਟਾ ਵਿਕਰਮ ਮਜੀਠੀਏ ਦੇ ਪੋਲੀਟੀਕਲ ਕਾਦਤੇ ਜਾਂ ਹਲਕੇ 'ਚ ਉਹਨਾਂ ਦੀ ਜਿਹੜੀ ਲੋਕਾਂ ਦੇ ਵਿੱਚ ਉਹਨਾਂ ਦਾ ਸਹਿਚਾਰਾ ਜਾਂ ਲੋਕਾਂ ਦੇ ਵਿੱਚ ਉਹਨਾਂ ਦਾ ਆਪਸੀ ਤਾਲ ਮੇਲਾ ਉਚੰਕ ਹੈ ਨਿੱਜੀ ਤੌਰ ਤੇ ਵਿਕਰਮ ਸਿੰਘ ਮਜੀਠੀਆ ਬਾਰੇ ਬਹੁਤ ਸਾਰੇ ਲੋਕ ਚੰਗੀ ਗੱਲ ਕਰਦੇ ਨੇ ਧਰਮ ਕਰਮ ਚ ਪ੍ਰੋਸਾ ਰੱਖਣ ਵਾਲੇ ਵਿਕਰਮ ਸਿੰਘ ਮਜੀਠੀਆ ਮੈਂ ਅਕਸਰ ਸੁਣਦਾ ਕਹਿੰਦੇ ਬਹੁਤ ਸੱਚੇ ਮਨ ਨਾਲ ਪਾਠ ਕਰਦੇ ਨੇ ਅਕਸਰ ਉਹਨਾਂ ਬਾਰੇ ਇਹ ਗੱਲਾਂ ਸੁਣੀਆਂ ਜਾਂਦੀਆਂ ਨੇ ਕਿ ਚਲੋ ਇਹ ਤਾਂ ਚਲੋ ਉਹਨਾਂ ਦੀ ਨਿੱਜੀ ਜ਼ਿੰਦਗੀ ਹੋਗੀ ਗੱਲ ਆ ਗਈ ਪੋਲੀਟੀਕਲ ਤੌਰ ਤੇ ਸੁਖਬੀਰ ਬਾਦਲ ਤੇ ਵਿਕਰਮ ਸਿੰਘ ਮਜੀਠੀਆ ਇਹ ਅਕਾਲੀ ਦਲ ਨੂੰ ਤਿੰਨ ਸੀਟਾਂ ਤੋਂ ਅੱਗੇ ਨਹੀਂ ਲੈ ਜਾ ਸਕੀ। ਉਹੀ ਚੀਜ਼ ਹੁਣ ਹਰਿਆਣੇ 'ਚ ਦੇਖਣੀ ਹੈ ਵੀ ਹਰਿਆਣੇ 'ਚ ਕੀ ਇੰਡੀਅਨ ਨੈਸ਼ਨਲ ਲੋਕ ਦਲ ਤੇ ਜੀ ਜੇ ਪੀ ਦੇ ਹੱਥ ਅੱਠ ਦਾ ਸੀਟਾਂ ਲੱਗ ਜਾਣਗੀਆਂ। ਇਹਦਾ ਮਤਲਬ ਹੈ ਪਹਿਲਾਂ ਤਾਂ ਰਿਜ਼ਲਟ ਇਹ ਨਿਕਲੂਗਾ। ਪੰਜਾਬ 'ਚ ਤਾਂ ਜਿਹੜੀ ਰੀਜਨਲ ਪੋਲਿਟਿਕਸ ਹੈ ਜਿਹੜੀ ਖੇਤਰਵਾਦ ਦੀ ਪੋਲਿਟਿਕਸ ਹੈ ਜਿਹੜੀ ਖੇਤਰੀ ਰਾਜਨੀਤੀ ਰਾਜਨੀਤੀ ਹੈ ਉਹ ਤਾਂ ਤਿੰਨ ਕ ਸੀਟਾਂ ਤੇ ਰਹਿ ਗਈ। ਪਾਰਲੀਮੈਂਟ 'ਚ ਕੋਈ ਸੀਟ ਹੀ ਨਹੀਂ ਜਿੱਤਿਆ ਅਕਾਲੀ ਦਲ। ਇਹ ਪੰਜਾਬ ਲਈ ਚੰਗਾ ਸ਼ਗਨ ਨਹੀਂ ਹੈ। ਇਹ ਵੀ ਪੰਜਾਬ ਵਿੱਚ ਚੰਗਾ ਛਗਣ ਨਹੀਂ ਹੈ ਸਾਡੀ ਖੇਤਰੀ ਪਾਰਟੀ ਸ਼੍ਰੋਮਣੀ ਅਕਾਲੀ ਦਲ ਉਹ ਠੀਕ ਹੈ ਕਿ ਸ਼੍ਰੋਮਣੀ ਅਕਾਲੀ ਦਲ ਦੀ ਨੁਮਾਇੰਦਗੀ ਸਹੀ ਨਹੀਂ ਰਹੀ ਮੰਗਾਂ ਤੇ ਸੰਘਰਸ਼ ਨਹੀਂ ਕਰ ਸਕੇ ਪ੍ਰਧਾਨ ਜਿਹੜਾ ਮਰਜ਼ੀ ਰਵੇ ਸੁਖਵੀਰ ਵੀ ਅਗਰ ਅੜਦਾ ਭਾਜਪੀ ਕੋਲੇ ਪੰਜਾਬ ਦੀਆਂ ਮੰਗਾਂ ਲਈ ਤੇ ਸੁਖਵੀਰ ਅੱਜ ਤੱਕੜਾ ਹੋਣਾ ਸੀ ਚਲੋ ਉਹ ਕੰਮ ਨਹੀਂ ਕੀਤਾ ਅਕਾਲੀ ਦਲ ਨੇ ਪਰ ਅਕਾਲੀ ਦਲ ਪੰਜਾਬ 'ਚ ਤਕੜਾ ਹੋਣਾ ਚਾਹੀਦਾ ਖੇਤਰੀ ਪਾਰਟੀ ਸਾਡੀ ਸਾਡੀਆਂ ਖੇਤਰੀ ਮੰਗਾਂ ਲਈ ਤਾਂ ਤਕੜੀ ਹੋਣੀ ਚਾਹੀਦੀ ਇਹਦਾ ਮੈਂ ਵੀ ਹਮੀਆਂ ਕੀ ਅਕਾਲੀ ਦਲ ਤਕੜਾ ਹੋਣਾ ਚਾਹੀਦਾ ਭਾਵੇਂ ਸੁਖਬੀਰ ਪ੍ਰਧਾਨ ਹੋਵੇ ਜਾਂ ਮਜੀਠੀਆ ਕੱਲ ਨੂੰ ਬਣੇ ਜਾਂ ਕੋਈ ਹੋਰ ਬਣੇ ਦੂਸਰੀ ਗੱਲ ਹਰਿਆਣੇ ਦੇ ਰਿਜ਼ਲਟ ਇਹ ਦੱਸਣਗੇ ਪੰਜਾਬ ਚ ਤਾਂ ਖੇਤਰੀ ਪਾਰਟੀਆਂ ਲਗਭਗ ਹੁਣ ਕਹਿ ਲਈਏ ਅਸੀਂ ਬਹੁਤ ਪਿੱਛੜ ਗੀਆਂ ਕੀ ਹਰਿਆਣੇ ਚ ਵੀ ਖੇਤਰਵਾਦੀ ਸਿਆਸਤ ਮੱਦਮ ਪੈ ਜੋ ਤੇ ਫੇਰ ਕੀ ਅਕਾਲੀ ਭਾਜੀਪੀ ਇਹੀ ਰਹਿ ਜਾਣਗੇ ਹਾਂ ਔਰ ਅਗਰ ਹਰਿਆਣੇ ਚ ਕਾਂਗਰਸ ਸਰਕਾਰ ਬਣਾਉਂਦੀ ਹੈ ਸਪਸ਼ਟ ਬਹੁਮਤ ਨਾਲ ਔਰ ਭਾਜਪਾ ਵਿਰੋਧੀ ਧਿਰ ਬਣ ਜਾਂਦੀ ਹੈ। ਖਰਜੋਦੀ ਫੇਰੇ ਮੰਨੋ। ਉਹਦਾ ਅਸਰ ਪੰਜਾਬ 'ਚ ਇਹ ਪੈਣਾ ਕਿ ਆਪ ਹਰਿਆਣੇ 'ਚ ਕਿੱਥੇ ਖੜੀ ਹੈ? ਜੇ ਆਪ ਖਾਤਾ ਹੀ ਨਾ ਖੋਲ ਸਕੀ ਜਾਂ 1-2 ਸੀਟਾਂ ਜਿੱਤੀ ਹਰਿਆਣੇ 'ਚ। ਫੇਰੇ ਮੰਨ ਕੇ ਚੱਲੋ ਕਿ ਪੰਜਾਬ 'ਚ 227 ਦੀਆਂ ਜਦੋਂ ਵੋਟਾਂ ਪੈਣੀਆਂ। ਜੋ ਅਸਰ ਪੈਣਾ ਹੈ। ਆਮ ਆਦਮੀ ਪਾਰਟੀ ਨੂੰ ਬਹੁਤ ਸੁਚੇਤ ਹੋਣ ਦੀ ਲੋੜ ਹੈ। ਅਜੇ ਤੱਕ ਤਾਂ ਆਮ ਆਦਮੀ ਪਾਰਟੀ ਨੇ ਹਜ਼ਾਰ ਰੁਪਏ ਖਾਤੇ 'ਚ ਪਾਣੇ ਨਹੀਂ ਸ਼ੁਰੂ ਕੀਤੇ। ਉਹ ਵੀ ਵਾਅਦਾ ਕੱਲ ਦਿੱਲੀ ਚ ਜਨਤਾ ਦੀ ਅਦਾਲਤ ਚ ਕੇਜਰੀਵਾਲ ਬੋਲ ਰਹੇ ਸੀ ਕਹਿੰਦੇ 6 ਗਰੰਟੀਆਂ ਤਾਂ ਬਾਕੀ ਬਿਜਲੀ ਸਿਹਤ ਸਹੂਲਤਾਂ ਜਿਹੜੀਆਂ ਪਹਿਲਾਂ ਦੰਦੇ ਆ ਮੁਫਤ ਬਿਜਲੀ ਕਹਿੰਦੇ 1000 ਰੁਪਏ ਖਾਤੇ ਚ ਵੀ ਪਾਵਾਂਗੇ ਦਿੱਲੀ ਇੱਕ ਅਮੀਰ ਸੂਬਾ ਹੈ ਦਿੱਲੀ ਦੇ ਵਿੱਚ ਤਾਂ ਪੁਲਿਸ ਦੀ ਤਨਖਾਹ ਵੀ ਕੇਂਦਰ ਸਰਕਾਰ ਦਿੰਦੀ ਹੈ ਦਿੱਲੀ ਦੀ ਸਰਕਾਰ ਅਧੀਨ ਤਾਂ ਖਰਚੇ ਹੀ ਬੜੇ ਥੋੜੇ ਨੇ ਇਹ ਵੀ ਤੁਹਾਨੂੰ ਮੈਂ ਦੱਸਦਾ ਦਿੱਲੀ ਚ ਜਿਹੜੇ ਵੱਡੇ ਵੱਡੇ ਬਹੁਤ ਸਾਰੇ ਮਹਿਕਮੇ ਨੇ ਉਹਨਾਂ ਕੋਲੇ ਪੈਸਿਆਂ ਦੀ ਕਮੀ ਨਹੀਂ ਦਿੱਲੀ ਚ ਹਰਜੋਤ ਜੀ ਦਿੱਲੀ ਚ ਤਾਂ ਤੁਸੀਂ ਐਂਟਰੀ ਕਰਦੇ ਹੋ ਤੁਹਾਨੂੰ ਟੋਲ ਘਟਾਉਣਾ ਪੈਂਦਾ ਪੈਸੇ ਦੇਣੇ ਪੈਂਦੇ ਸਭ ਤੋਂ ਪਹਿਲਾਂ ਦਿੱਲੀ ਚ ਸੀ ਜਦੋਂ ਅਸੀਂ ਦਿੱਲੀ ਜਾਂਦੇ ਸੀ ਕਦੀ ਤੇ ਉਦੋਂ ਪੈਸਿਆਂ ਦਾ ਪਾਣੀ ਮਿਲਦਾ ਸੀ ਤੇ ਪੰਜਾਬ ਚ ਪੀਣ ਵਾਲਾ ਪਾਣੀ ਫ੍ਰੀ ਹੁੰਦਾ ਸੀ ਸੋ ਦਿੱਲੀ ਚ ਵੀ 25 ਸਾਲ ਪਹਿਲਾਂ ਹੀ ਕਹਿੰਦਾ ਪਾਣੀ ਮੁੱਲ ਵੇਚਣ ਲੱਗ ਗਿਆ ਸੀ ਮੈਂ ਬੋਤਲਾਂ ਵਾਲੀ ਦੀ ਗੱਲ ਨਹੀਂ ਕਰਦਾ ਜਿਹੜਾ ਉੱਥੇ ਰੇੜੀਆਂ ਤੇ ਵੀ ਪਾਣੀ ਪਲਾਉਂਦੇ ਸੀ ਤਾਂ ਪੰਜਾਬਸ ਤਾਂ ਥਾਂ ਥਾਂ ਤੇ ਪਾਣੀ ਪੀਣ ਵਾਲੀਆਂ ਟੈਂਕੀਆਂ ਲੱਗੀਆਂ ਪੰਜਾਬਸ ਤਾਂ ਜਿਸ ਮਰਜ਼ੀ ਦੁਕਾਨ ਚੋਂ ਜਿਸ ਮਰਜ਼ੀ ਘਰ ਚੋਂ ਤੁਸੀਂ ਪਾਣੀ ਮੰਗ ਲਓ ਤੁਹਾਨੂੰ ਸ਼ਰਬਤ ਪਲਾਉਂਦੇ ਨੇ ਅਸੀਂ ਤਾਂ ਛਬੀਲਾ ਲਾਉਨੇ ਆ ਪੰਜਾਬ ਚ ਤਾਂ ਸੋ ਪੰਜਾਬ ਦੀ ਤਾਂ ਰੀਸ ਨਹੀਂ ਕੀਤੀ ਜਾ ਸਕਦੀ ਪਰ ਦਿੱਲੀ ਅਮੀਰ ਸੂਤ ਹੈ ਕਿਉਂਕਿ ਹਰ ਚੀਜ਼ ਚ ਦਿੱਲੀ ਕੋਲੇ ਪੈਸਾ ਗਿਆ ਆ ਪੰਜਾਬ ਪੰਜੂਬ ਵਾਲੇ ਸਾਡੇ ਟੈਕਸ ਇਕੱਠੇ ਹੋ ਕੇ ਵੀ ਦਿੱਲੀ ਹੋਈ ਜਾਂਦੇ ਉਹ ਭਾਵੇਂ ਦਿੱਲੀ ਸੈਂਟਰ ਕੋਲੇ ਜਾਂਦੇ ਪਰ ਸੈਂਟਰ ਕੋਲੇ ਖੁੱਲਾ ਪੈਸਾ ਹੈ ਰਾਜਧਾਨੀ ਚ ਲਾਉਂਦੇ ਸੋ ਇਸ ਕਰਕੇ ਦਿੱਲੀ ਕੈਪੀਟਲ ਵੀ ਹੈ ਭਾਰਤ ਦੀ ਸਾਡੀ ਸਾਰਿਆਂ ਦੀ ਰਾਜਧਾਨੀ ਹੈ ਇਸ ਕਰਕੇ ਪੈਸਾ ਬਹੁਤ ਹੈ ਦਿੱਲੀ ਚ ਤਾਂ ਹਜ਼ਾਰ ਰੁਪਏ ਖਾਤਿਆਂ ਚ ਪਾ ਦੇਣਗੇ ਪੰਜਾਬ ਚ ਹੁਣ ਆਮ ਆਦਮੀ ਪਾਰਟੀ ਪੰਜਾਬ ਚ 1000 ਰੁਪਏ ਖਾਤਿਆਂ ਚ ਕਿਵੇਂ ਪਾਉ? ਇਹ ਵੀ ਵੱਡਾ ਸਵਾਲ ਹੈ। ਇਸ ਕਰਕੇ ਅਗਰ ਆਪ ਹਰਿਆਣੇ ਚ ਪਛੜਦੀ ਹੈ ਉਹਦਾ ਪੰਜਾਬ ਚ ਆਮ ਆਦਮੀ ਪਾਰਟੀ ਨੂੰ ਬਹੁਤ ਤਕੜੇ ਤਰੀਕੇ ਨਾਲ ਡੈਮੇਜ ਹੋਣ ਤੋਂ ਬਚਾਉਣਾ ਪਊਗਾ ਪੰਜਾਬ ਚ ਨਹੀਂ ਤਾਂ ਹਰਿਆਣੇ ਦਾ ਅਸਰ ਪੰਜਾਬ ਚ ਆਊਗਾ ਔਰ ਅਕਾਲੀ ਦਲ ਨੂੰ ਵੀ ਸੁਚੇਤ ਹੋਣਾ ਪਊਗਾ। ਅਗਰ ਖੇਤਰੀ ਸਿਆਸਤ ਹਰਿਆਣੇ ਚ ਮਦਮ ਪੈ ਗਈ ਅਕਾਲੀ ਦਲ ਨੂੰ ਵੀ ਪੰਜਾਬ ਚ ਫਿਰ ਬਹੁਤ ਜ਼ੋਰ ਲਾਉਣੇ ਪੈਣਗੇ ਵਿਕਰਮ ਸਿੰਘ ਮਜੀਠੀਆ ਸੁਖਬੀਰ ਬਾਦਲ ਜਾਂ ਜਿੰਨੇ ਵੀ ਬਾਕੀ ਅਕਾਲੀ ਦਲ ਦੇ ਲੀਡਰ ਨੇ ਇਹਨਾਂ ਨੂੰ ਜਿਵੇਂ ਹੁਣ ਸੁਖਬੀਰ ਬਾਦਲ ਹੋ ਗਏ ਜਾਂ ਵਿਕਰਮ ਸਿੰਘ ਮਜੀਠੀਆ ਆ ਗਏ ਜੇ ਮੈਂ ਆਮ ਆਦਮੀ ਪਾਰਟੀ ਤੇ ਲਾਏ ਇਲਜ਼ਾਮਾਂ ਦੀ ਗੱਲ ਨੂੰ ਵੱਖਰੀ ਕਰਦਾ ਪੰਜਾਬ ਦੇ ਮੁੱਦਿਆਂ ਤੇ ਅਕਾਲੀ ਦਲ ਦੁਬਾਰਾ ਵਾਪਸ ਮੁੜ ਰਿਹਾ ਹੈ ਭਾਵੇਂ ਸਾਡੇ ਪਾਣੀਆਂ ਦੇ ਮਸਲੇ ਨੇ ਭਾਵੇਂ ਪੰਦੀ ਸਿੰਘਾਂ ਦੇ ਮਸਲੇ ਨੇ ਭਾਵੇਂ ਪੰਜਾਬੀ ਸੂਬੇ ਦੇ ਵੱਧ ਅਧਿਕਾਰਾਂ ਦੀ ਗੱਲ ਹੈ ਭਾਵੇਂ ਰਜੀਵ ਲੋਂਗੋਵਾਲ ਸਮਝੌਤੇ ਦੀ ਗੱਲ ਹੈ ਸ਼੍ਰੀ ਅਨੰਦਪੁਰ ਸਾਹਿਬ ਦੇ ਮਤੇ ਦੀ ਗੱਲ ਹੈ ਹੁਣ ਹੌਲੀ-ਹੌਲੀ ਅਕਾਲੀ ਦਲ ਉਹਨਾਂ ਸਾਰੇ ਮੁੱਦਿਆਂ ਤੇ ਤਾਂ ਵਾਪਸ ਆ ਰਿਹਾ ਹੈ ਪਰ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀਆਂ ਚੋਣਾਂ ਦੀ ਸੰਭਾਵਨਾ ਵੀ ਜਲਦ ਹੈ ਪੰਜਾਬ ਹੋ ਸਕਦਾ ਜਿਹੜੀਆਂ ਚਾਰ ਜਿੰਮਨੀ ਚੋਣਾਂ ਨੇ ਇਸ ਤੋਂ ਬਾਅਦ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀਆਂ ਵੋਟਾਂ ਪੈ ਜਾਣ ਇਸ ਕਰਕੇ ਅਕਾਲੀ ਦਲ ਨੂੰ ਪੰਜਾਬ ਦੇ ਅਸਲ ਮੁੱਦਿਆਂ ਤੇ ਮੁੜਨਾ ਪੈਣਾ ਹੈ ਪਰ ਮੁੜਨਾ ਵੀ ਚਾਹੀਦਾ ਹੈ ਹੁਣ ਆਮ ਆਦਮੀ ਪਾਰਟੀ ਅਗਰ ਹਰਿਆਣੇ ਚ ਚੰਗੀ ਪਰਫਾਰਮੈਂਸ ਨਾ ਕਰ ਸਕੀ ਫਿਰ ਦਿੱਲੀ ਚ ਆਮ ਆਦਮੀ ਪਾਰਟੀ ਤੇ ਦਬਾ ਰਹੇਗਾ ਅਰਵਿੰਦ ਕੇਜਰੀਵਾਲ ਤੇ ਦਬਾ ਰਹੇਗਾ ਫਰਵਰੀ ਤੱਕ 15 ਫਰਵਰੀ ਤੋਂ ਪਹਿਲਾਂ ਪਹਿਲਾਂ ਦਿੱਲੀ ਦੀ ਵੀ ਸਰਕਾਰ ਬਣਨੀ ਹੈ ਹਲ ਹਾਲਤ ਚ ਨਵੀਂ ਸੰਵਿਧਾਨ ਤੇ ਕਾਨੂੰਨ ਦੇ ਮੁਤਾਬਕ ਇਸ ਕਰਕੇ ਅਗਰ ਹਰਿਆਣੇ ਚ ਆਪ ਦਾ ਖਾਤਾ ਨਹੀਂ ਖੁੱਲਦਾ ਕਿਉਂਕਿ 21 ਸਤੰਬਰ ਤੋਂ ਬਾਅਦ ਭਗਵੰਤ ਮਾਨ ਹਰਿਆਣੇ ਚ ਪ੍ਰਚਾਰ ਕਰਨ ਗਏ ਨਹੀਂ ਹੁਣ ਇਹ ਸਵਾਲ ਹਜੇ ਖੜਾ ਹੈ ਕੀ ਭਗਵੰਤ ਮਾਨ ਸਿਹਤ ਖਰਾਬ ਹੋਣ ਕਰਕੇ ਨਹੀਂ ਗਏ ਕੀ ਭਗਵੰਤ ਮਾਨ ਨੂੰ ਇਹ ਕਹਿ ਦਿੱਤਾ ਗਿਆ ਕਿ ਹਰਿਆਣੇ ਦਾ ਚੋਣ ਪ੍ਰਚਾਰ ਅਰਵਿੰਦ ਕੇਜਰੀਵਾਲ ਜੀ ਹੀ ਕਰਨਗੇ ਕੀ ਭਗਵੰਤ ਮਾਨ ਦੀਆਂ ਸਿਵਾਵਾਂ ਹਰਿਆਣੇ 'ਚ ਨਹੀਂ ਲਈਆਂ ਜਾਣੀਆਂ ਚਾਹੀਦੀਆਂ ਸੀ ਮੇਰੀ ਨਜ਼ਰ 'ਚ ਆਮ ਆਦਮੀ ਪਾਰਟੀ ਨੂੰ ਜ਼ਰੂਰ ਭਗਵੰਤ ਮਾਨ ਤੋਂ ਪ੍ਰਚਾਰ ਕਰਾਉਣਾ ਚਾਹੀਦਾ ਸੀ ਭਾਵੇਂ ਭਗਵੰਤ ਮਾਨ ਹਸਪਤਾਲ 'ਚ ਕਿਉਂ ਨਹੀਂ ਸੀ ਦਾਖਲ ਉੱਥੇ ਅਰਵਿੰਦ ਕੇਜਰੀਵਾਲ ਜੀ ਦੇ ਨਾਲ ਰੈਲੀਆਂ 'ਚ ਮਾਈਕ ਤੇ ਭਗਵੰਤ ਮਾਨ ਨੂੰ ਫੋਨ ਮਿਲਾ ਕੇ ਟੈਲੀਫੋਨ ਲਾ ਦਿੰਦੇ। ਸੋ ਭਗਵੰਤ ਮਾਨ ਇਸ ਤਰ੍ਹਾਂ ਦਾ ਵਿਅਕਤੀ ਤਾਂ ਹੈ ਕਿ ਹਰਿਆਣੇ ਦੇ ਵਿੱਚ ਵੀ ਪੰਜਾਬ ਦੇ ਮੁੱਖ ਮੰਤਰੀ ਦੇ ਤੌਰ ਤੇ ਲੋਕ ਜ਼ਰੂਰ ਸੁਣਦੇ। ਸੋ ਇਹ ਸਾਰੀਆਂ ਚੀਜ਼ਾਂ ਦਾ ਫਰਕ ਤਾਂ ਪੰਜਾਬ 'ਚ ਪਊਗਾ ਅਗਰ ਆਮ ਆਦਮੀ ਪਾਰਟੀ ہاں ਅਗਰ ਆਮ ਆਦਮੀ ਪਾਰਟੀ 10 ਸੀਟਾਂ ਤੋਂ ਵੀ ਵੱਧ ਲੈ ਗਈ। ਫਿਰ ਪੰਜਾਬ 'ਚ ਆਮ ਆਦਮੀ ਪਾਰਟੀ ਦੀ ਲਹਿਰ ਇੱਕ ਵਾਰ ਫੇਰ ਭੱਗ ਜਾਣੀ ਹੈ। ਫਿਰ ਪੰਜਾਬ ਚ ਵੀ ਆਮ ਆਦਮੀ ਪਾਰਟੀ ਦੀ ਲਹਿਰ ਦੁਬਾਰਾ ਵਗੂਗੀ ਔਰ ਫਿਰ ਸਤਾਈ ਚ ਲਾਭ ਹੋਊਗਾ ਹਰਿਆਣੇ ਦੇ ਵਿੱਚ 10 ਸੀਟਾਂ ਦਾ ਆਮ ਆਦਮੀ ਪਾਰਟੀ ਨੂੰ ਸੋ ਇਸ ਕਰਕੇ ਇਹ ਸਮਾ ਘਟ ਰਹਿ ਗਿਆ ਕੱਲ ਸਵੇਰੇ 10 11 ਵਜੇ ਤੋਂ ਜਿਹੜੇ ਰੁਝਾਨ 8 ਵਜੇ ਤੋਂ ਸ਼ੁਰੂ ਹੋ ਜਾਣੇ 10 11 ਵਜੇ ਤੱਕ ਕੱਲ ਸਥਿਤੀ ਸਾਫ਼ ਹੋ ਜਾਣੀ ਹੈ ਦੋ ਜੀ ਸੋ ਬਾਕੀ ਇਹਦੇ ਉੱਪਰ ਕੱਲ ਦੇਖਦੇ ਹਾਂ ਕੀ ਬਣਦਾ ਹੈ ਜੀ 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 ਬਿਲਕੁਲ ਸੋ ਬਹੁਤ ਬਹੁਤ ਧੰਨਵਾਦ ਡੱਲਾ ਜੀ ਨੇ ਸਾਰੀਆਂ ਖਬਰਾਂ ਦੇ ਉੱਪਰ ਪੂਰੀ ਜਾਣਕਾਰੀ ਤੇ ਤੁਸੀਂ ਆਪਣਾ ਸਿਆਸੀ ਐਨਾਲਿਸਿਸ ਵੀ ਦਰਸ਼ਕਾਂ ਦੇ ਨਾਲ ਸਾਂਝਾ ਕੀਤਾ ਹੈ ਦਰਸ਼ਕਾਂ ਦਾ ਵੀ ਧੰਨਵਾਦ ਕਰਦੇ ਹਾਂ ਜੋ ਪ੍ਰੋਗਰਾਮ ਦੇ ਨਾਲ ਜੁੜਦੇ ਨੇ ਤੇ ਆਪਣੇ ਸੁਝਾਅ ਵੀ ਸਾਡੇ ਨਾਲ ਸਾਂਝੇ ਕਰਦੇ ਨੇ ਇਸੇ ਦੇ ਨਾਲ ਮੈਨੂੰ ਯਾਨੀ ਕਿ ਹਰਜੋਤ ਕੌਰ ਨੂੰ ਵੀ ਦਿਓ ਜੀ ਇਜਾਜ਼ਤ ਧੰਨਵਾਦ ਬਹੁਤ ਧੰਨਵਾਦ ਹਰਜੋਤ ਜੀ ਔਰ ਕੋਈ ਵੀ ਤੇ ਕੋਈ ਵੀ ਤੇ ਕਿਸੇ ਗੱਲ ਤੋਂ ਅਸਹਿਮਤ ਹੈ ਤੇ ਉਹਨਾਂ ਦੇ ਹਰ ਪੱਖ ਦਾ ਸਵਾਗਤ ਹੈ ਤੁਸੀਂ ਆਪਣੇ ਆਪਣਾ ਪੱਖ ਆਪਣੀ ਗੱਲ ਮੇਰੇ ਨਾਲ ਸਾਂਝੀ ਕਰ ਸਕਦੇ ਹੋ ਮੈਂ ਤੁਹਾਡਾ ਪੱਖ ਵੀ ਅਗਲੇ ਪ੍ਰੋਗਰਾਮਾਂ ਦੇ ਵਿੱਚ ਅੱਗੇ ਵਧਾਵਾਂਗਾ ਬਹੁਤ ਬਹੁਤ ਧੰਨਵਾਦ ਹਾਜੂ